ਦੋਸਤੋ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਹਾਜ਼ਰ ਹਾਂ ਚੈਨਲ ਰਿਤੇਸ਼ ਲੱਖੀ ਅਨਪਰਕਤੇ ਤੇ ਅੱਜ ਦੀ ਇਹ ਵੀਡੀਓ ਰਿਪੋਰਟ ਆਧਾਰਿਤ ਰਹਿਣ ਵਾਲੀ ਹੈ ਇੱਕ ਬਹੁਤ ਹੀ ਪੁਰਾਣੇ ਤੇ ਚਰਚਿਤ ਕਤਲ ਕਾਂਡ ਦੇ ਉੱਤੇ ਇਹ ਕਤਲ ਕਾਂਡ ਇੱਕ ਆਨਰ ਕਿਲਿੰਗ ਦਾ ਕੇਸ ਸੀ ਜਿਸਨੇ ਕੀ ਪੂਰੀ ਦੁਨੀਆ ਭਰ ਦੇ ਵਿੱਚ ਸੁਰਖੀਆਂ ਬਟੋਰੀਆਂ ਸਨ ਅੱਜ 21 ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਕੇਸ ਦੇ ਵਿੱਚ ਇਨਸਾਫ ਮਿਲਤਾ ਪਾਇਆ ਹੈ ਲੇਕਿਨ ਪੂਰਾ ਇਨਸਾਫ ਨਹੀਂ ਮਿਲ ਪਾਇਆ ਅਧੂਰਾ ਇਨਸਾਫ ਮਿਲ ਪਾਇਆ ਹੈ ਨੈਸ਼ਨਲ ਜੀਓਗ੍ਰਾਫਿਕ ਤੋਂ ਲੈ ਕੇ ਦੁਨੀਆ ਭਰ ਦੇ ਬਹੁਤ ਵੱਡੇ ਵੱਡੇ ਚੈਨਲਾਂ ਨੇ ਇਸ ਕਤਲकांड ਦੇ ਉੱਤੇ ਡਾਕੂਮੈਂਟਰੀਜ਼ ਤੋਂ ਲੈ ਕੇ ਫਿਲਮਾਂ ਤੱਕ ਬਣਾਈਆਂ ਲੇਕਿਨ ਅੱਜ ਇਸ ਕੇਸ ਨੂੰ ਡਿਸਕਸ ਕਰਨ ਦਾ ਸਬਬ ਹੈ ਟੋਟੈਲਿਟੀ ਦੇ ਵਿੱਚ ਆਪਾਂ ਉਸ ਪੂਰੀ ਦੀ ਪੂਰੀ ਲੜੀ ਨੂੰ ਸ਼੍ਰੇਂਖਲਾਂ ਨੂੰ ਜੋੜੀਏ ਸੀਰੀਜ਼ ਨੂੰ ਜੋੜੀਏ ਜਿਸ ਤਹਿਤ ਕਿ ਆਪਾਂ ਸਮਝ ਪਾਵਾਂਗੇ ਕਿ ਕਿਸ ਤਰੀਕੇ ਨਾਲ ਔਨਰ ਕਿਲਿੰਗ ਦੇ ਜਦੋਂ سلسلہ ਸ਼ੁਰੂ ਹੁੰਦਾ ਹੈ ਤੇ ਉਸ ਦੇ ਪਹਿਲੇ ਟੈਕਸਟ ਕੇਸ ਵੱਜੋਂ ਇਹ ਕੇਸ ਕਿਉਂ ਐਡਾ ਚਰਚਿਤ ਰਿਹਾ ਇਹ ਕੇਸ ਸੀ ਜਸਵਿੰਦਰ ਕੌਰ ਜੱਸੀ ਅਤੇ ਸੁਖਵਿੰਦਰ ਸਿੰਘ ਮਿੱਠੂ ਦੀ ਪ੍ਰੇਮ ਕਹਾਣੀ ਅਤੇ ਉਸ ਤੋਂ ਬਾਅਦ ਜੱਸੀ ਦੀ ਦੰਦਨਾਕ ਮੌਤ ਦਾ ਲੇਕਿਨ ਇਸ ਤੋਂ ਪਹਿਲਾਂ ਇਸ ਕੇਸ ਦੇ ਅੱਗੇ ਮੈਂ ਇਸ ਕੇਸ ਦੀ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਮੇਰੀ ਇੱਕ ਬੇਨਤੀ ਆਪਣੇ ਸਾਰੇ ਵਿਊਅਰਸ ਨੂੰ ਹੈ ਜੋ ਕਿ ਸ਼ਾਇਦ ਮੇਰੇ ਸਬਸਕ੍ਰਾਈਬਰ ਵੀ ਨਹੀਂ ਹੈਗੇ ਨੇ ਸਬਸਕ੍ਰਾਈਬ ਇਸ ਚੈਨਲ ਨੂੰ ਕਰੋ ਜ਼ਰੂਰ ਕਿਉਂਕਿ ਮੈਂ ਅਕਸਰ ਰਤੇਸ਼ ਲਖੀ ਅਨਪਲੱਗਡ ਇਸ ਚੈਨਲ ਨੂੰ ਤੁਹਾਨੂੰ ਕਦੇ ਵੀ ਸਬਸਕ੍ਰਾਈਬ ਕਰਨ ਲਈ ਜ਼ਿਆਦਾ ਨਹੀਂ ਕਿਹਾ ਹੈ ਲੇਕਿਨ ਮੇਰੀ ਬੇਨਤੀ ਤੁਹਾਨੂੰ ਇਹ ਹੈ ਕਿ ਇਸ ਚੈਨਲ ਦੀ ਸਬਸਕ੍ਰਿਪਸ਼ਨ ਲੈਣੀ ਜ਼ਰੂਰੀ ਹੈ ਕਿਉਂਕਿ तमाम ਵੀਡੀਓ ਲਿੰਕਸ ਨੂੰ ਮੈਂ ਕਦੇ ਵੀ WhatsApp ਜਾਂ ਕਿਸੇ ਹੋਰ ਮਾਧਿਅਮ ਤੋਂ ਸਰਕੂਲੇਟ ਨਹੀਂ ਕਰਦਾ ਜਿਹੜੇ ਲੋਕ ਕਈ ਵਾਰ ਕਮੈਂਟ ਵਿੱਚ ਗਾਇ ਬਗਾਹੇ ਗੱਲਾਂ ਬਾਤਾਂ ਕਹਿ ਵੀ ਜਾਂਦੇ ਨੇ ਕਿ ਤੁਸੀਂ ਇਸ ਤਰੀਕੇ ਦੇ ਵੀਡੀਓ ਕਿਉਂ ਬਣਾਉਂਦੇ ਹੋ ਮੇਰੀ ਉਹਨਾਂ ਨੂੰ ਸਿਰਫ ਇਹੀ ਦਲੀਲ ਹੁੰਦੀ ਹੈ ਤਕਰੀਰ ਹੁੰਦੀ ਹੈ ਕਿ ਇਹ ਮੈਂ ਵੀਡੀਓ ਆਪਣੀ ਮਰਜ਼ੀ ਤੇ ਆਪਣੀ ਸਵੈ ਇੱਛਾ ਤੇ ਆਪਣੀ ਕਨਵਿਕਸ਼ਨ ਦੇ ਨਾਲ ਬਣਾਉਣਾ ਹੈ ਤੇ ਮੈਂ ਕਿਸੇ ਨੂੰ ਫੋਰਸ ਨਹੀਂ ਕਰਦਾ ਜਾਂ ਕਿਸੇ ਨੂੰ ਇਸ ਕੰਟੈਂਟ ਨੂੰ ਆਪਣੇ ਲਿੰਕਸ ਨੂੰ ਪੁਸ਼ ਕਰਕੇ ਨਹੀਂ ਭੇਜਦਾ ਸੋ ਸਬਸਕ੍ਰਿਪਸ਼ਨ ਜ਼ਰੂਰੀ ਹੈ ਜੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਾਈਂਡਲੀ ਸਬਸਕ੍ਰਾਈਬ ਜ਼ਰੂਰ ਕਰੋ ਕਿਤੇ ਨਾ ਕਿਤੇ ਉਹ ਚੀਜ਼ਾਂ ਮੈਟਰ ਕਰਦੀਆਂ ਨੇ ਐਨੀਵੇਜ਼ ਵਾਪਸ ਆਨੇ ਅੱਜ ਦੀ ਆਪਣੀ ਇਸ ਰਿਪੋਰਟ ਉੱਤੇ ਉਸ ਕਹਾਣੀ ਉੱਤੇ ਜਸਵਿੰਦਰ ਕੌਰ ਜੱਸੀ ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਤਹਿਸੀਲ ਦੇ ਪਿੰਡ ਕੌਂਕੇ ਖੋਸਾ ਦੀ ਰਹਿਣ ਵਾਲੀ ਹੁੰਦੀ ਹੈ ਇਸ ਦਾ ਪਰਿਵਾਰ ਤੇ ਜੱਸੀ ਕੈਨੇਡਾ ਦੇ ਵਸਨੀਕ ਹੁੰਦੇ ਨੇ ਉੱਥੇ ਜਾ ਕੇ ਰਹਿ ਰਹੇ ਹੁੰਦੇ ਨੇ ਜੱਸੀ ਕੈਨੇਡਾ ਦੇ ਵਿੱਚ ਇੱਕ ਬਿਊਟੀਸ਼ੀਅਨ ਦਾ ਕੋਰਸ ਕਰ ਰਹੀ ਹੁੰਦੀ ਹੈ ਕਦੀ ਕਦਾ ਉਸ ਦਾ ਭਾਰਤ ਦੇ ਵਿੱਚ ਆਪਣੇ ਜੱਦੀ ਪਿੰਡ ਆਣਾ ਜਾਣਾ ਹੁੰਦਾ ਹੈ ਤੇ ਜਦੋਂ ਵੀ ਉਹ ਇੱਥੇ ਆਂਦੀ ਹੁੰਦੀ ਹੈ ਕੁਝ ਦਿਨ ਇੱਥੇ ਬਿਤਾਉਂਦੀ ਹੁੰਦੀ ਹੈ। ਇਸੇ ਇੱਕ ਦੌਰੇ ਦੇ ਦੌਰਾਨ ਉਸ ਦੀ ਮੁਲਾਕਾਤ ਸੁਖਵਿੰਦਰ ਸਿੰਘ ਮਿੱਠੂ ਦੇ ਨਾਲ ਹੁੰਦੀ ਹੈ। ਸੁਖਵਿੰਦਰ ਸਿੰਘ ਮਿੱਠੂ ਗਵਾਂਢੀ ਜਿਹੜਾ ਜ਼ਿਲ੍ਹਾ ਹੈ ਸੰਗਰੂਰ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੁੰਦਾ ਹੈ। ਜੱਸੀ ਅਤੇ ਮਿੱਠੂ ਦੇ ਵਿੱਚ ਪਿਆਰ ਹੋ ਚੁੱਕਾ ਹੁੰਦਾ ਹੈ ਅਤੇ ਉਹਨਾਂ ਦਾ ਰਿਸ਼ਤਾ ਹੋਰ ਗਹਿਰਾਂ ਦਾ ਜਾ ਰਿਹਾ ਹੁੰਦਾ ਹੈ। ਇਸ ਤੋਂ ਬਾਅਦ ਦੋਵੇਂ ਕੋਟ ਮੈਰਿਜ ਕਰਨ ਦਾ ਫੈਸਲਾ ਲੈਂਦੇ ਨੇ। 15 اپریل 1999 ਨੂੰ ਦੋਵਾਂ ਵੱਲੋਂ ਕੋਰਟ ਮੈਰਿਜ ਕਰਾ ਲਈ ਜਾਂਦੀ ਹੈ ਇਸ ਕੋਰਟ ਮੈਰਿਜ ਤੋਂ ਬਾਅਦ ਇਹ ਦੋਵੇਂ ਆਪਣੇ ਆਪਣੇ ਘਰ ਹੁੰਦੇ ਨੇ ਘਰਦਿਆਂ ਨੂੰ ਇਹਨਾਂ ਦੀ ਕੋਰਟ ਮੈਰਿਜ ਬਾਰੇ ਪਤਾ ਨਹੀਂ ਹੁੰਦਾ ਲੇਕਿਨ ਇਸ ਤੋਂ ਬਾਅਦ ਵਾਪਸ ਕੈਨੇਡਾ ਜਾਣ ਦਾ ਸਮਾਂ ਹੁੰਦਾ ਜੱਸੀ ਦਾ ਤੇ ਜੱਸੀ ਕੈਨੇਡਾ ਵਾਪਸ ਪਰਤ ਜਾਂਦੀ ਹੈ ਲੇਕਿਨ ਜਦੋਂ ਜਾ ਕੇ ਆਪਣੇ ਘਰਦਿਆਂ ਨੂੰ ਇਸ ਬਾਰੇ ਜਾਣਕਾਰੀ ਦਿੰਦੀ ਹੈ ਜਾਂ ਉਹਨਾਂ ਦੇ ਸਾਹਮਣੇ ਮਿੱਠੂ ਦੇ ਨਾਲ ਵਿਆਹ ਕਰਾਣ ਜਾਂ ਉਸਦੇ ਨਾਲ ਰਹਿਣ ਦੀ ਆਪਣੀ ਇੱਛਾ ਦਾ ਇਜ਼ਹਾਰ ਕਰਦੀ ਹੈ ਉਸਦੇ ਮਾਪੇ ਜੋ ਕਿ ਪਹਿਲਾਂ ਹੀ ਇਸ ਜਿਹੜੀ ਜਿਹੜੀ ਦੋਸਤੀ ਹੁੰਦੀ ਹੈ ਇਹਨਾਂ ਦੇ ਜਿਹੜੇ ਸਬੰਧ ਹੁੰਦੇ ਨੇ ਉਹਨਾਂ ਨੂੰ ਲੈ ਕੇ ਥੋੜੇ ਬਹੁਤ ਜਾਣੂ ਹੁੰਦੇ ਨੇ ਉਸ ਦੀ ਬਹੁਤ ਮੁਖਾਲਫਤ ਹੁੰਦੀ ਹੈ ਮਲਕੀਤ ਕੌਰ ਸਿੱਧੂ ਜੋ ਕਿ ਜਸਦੀ ਦੀ ਮਾਂ ਹੁੰਦੀ ਹੈ ਤੇ ਉਸ ਦੇ ਮਾਮੇ ਸੁਰਜੀਤ ਬਦੇਸ਼ਾ ਵੱਲੋਂ ਇਸ ਦਾ ਕੜਾ ਵਿਰੋਧ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਕਿ ਸੁਰਜੀਤ ਬਦੇਸ਼ਾ ਵੱਲੋਂ ਕੈਨੇਡਾ ਤੋਂ ਹੀ ਇੱਕ ਫੈਕਸ ਕਰਕੇ ਜਗਰਾਉ ਸਦਰ ਥਾਣੇ ਦੇ ਵਿੱਚ ਮਿੱਠੂ ਦੇ ਖਿਲਾਫ ਇੱਕ ਝੂਠੀ ਸ਼ਿਕਾਇਤ ਦਿੱਤੀ ਜਾਂਦੀ ਹੈ ਕੈਨੇਡਾ ਤੋਂ ਕੀਤੀ ਗਈ ਇਸ ਝੂਠੀ ਕੇਸ ਦੇ ਵਿੱਚ ਸਿਫਾਰਿਸ਼ ਦੇ ਨਾਲ ਹੀ ਇੱਕ ਪਰਚਾ ਐਫ ਆਈ ਆਰ ਨੰਬਰ 38 ਮਿੱਠੂ ਦੇ ਖਿਲਾਫ ਰਜਿਸਟਰ ਕਰ ਲਈ ਜਾਂਦੀ ਹੈ IPC ਦੀਆਂ ਧਾਰਾਵਾਂ 342, 471, 467, 68 506 ਲਾਤੀਆਂ ਜਾਂਦੀਆਂ ਨੇ ਰੋਂਗ ਪੂਲ ਕਨਫਾਈਨਮੈਂਟ तमाम ਉਹ ਝੂਠੇ ਇਲਜ਼ਾਮ ਜੋ ਕਿ ਮਿੱਠੂ ਦੇ ਉੱਤੇ ਕੈਨੇਡਾ ਤੋਂ ਬੈਠ ਕੇ ਜੱਸੀ ਦੇ ਮਾਮਲੇ surjit bidesha de ਵੱਲੋਂ ਕੀਤੀ ਗਈ ਇੱਕ ਫੈਕਸ ਦੇ ਬੇਸ ਉੱਤੇ ਲਾਏ ਜਾਂਦੇ ਨੇ ਜਿਸ ਦੀ ਜਿਸ ਦਾ ਆਧਾਰ ਜੱਸੀ ਦੇ ਇੱਕ ਬਿਆਨ ਜਾਂ ਉਸ ਦੀ ਕਿਸੇ ਕਥਤ ਸਟੇਟਮੈਂਟ ਨੂੰ ਬਣਾਇਆ ਗਿਆ ਹੁੰਦਾ ਹੈ ਇਸ ਜਾਣਕਾਰੀ ਨੂੰ ਮਿਲਦਿਆਂ ਹੀ ਜੱਸੀ ਵਾਪਸ ਭਾਰਤ ਪਹੁੰਚਦੀ ਹੈ ਪਰਦੀ ਹੈ ਜਗਰਾਉਂ ਥਾਣੇ ਵਿੱਚ ਪੇਸ਼ ਹੁੰਦੀ ਹੈ ਅਦਾਲਤ ਤੇ ਥਾਣੇ ਦੇ ਸਾਹਮਣੇ ਆਪਣੀ ਪੂਰੀ ਦੀ ਪੂਰੀ ਕਹਾਣੀ ਦੱਸਦੀ ਹੈ ਤੇ ਦੱਸਦੀ ਹੈ ਵੀ ਮਿੱਠੂ ਦਾ ਕੋਈ ਕਸੂਰ ਨਹੀਂ ਅਜਿਹਾ ਕੋਈ ਵੀ ਇਲਜ਼ਾਮ ਉਸ ਦੇ ਖਿਲਾਫ ਜਿਹੜਾ ਲਾਇਆ ਗਿਆ ਹੈ ਉਹ ਬਿਲਕੁਲ ਝੂਠਾ ਤੇ ਬੇਬੁਨਿਆਦ ਹੈ ਜਿਸ ਤੋਂ ਬਾਅਦ ਕੀ ਇਸ ਐਫ ਆਈ ਆਰ ਨੂੰ ਕੈਨਸਲ ਕੀਤਾ ਜਾਂਦਾ ਹੈ ਇਹ ਤਕਰੀਬਨ ਅਪ੍ਰੈਲ ਸਾਲ 2000 ਦੀ ਗੱਲ ਹੈ ਜਦੋਂ ਕਿ ਜੱਸੀ ਵਾਪਸ ਆਂਦੀ ਹੈ ਤੇ ਉਸ ਤੋਂ ਬਾਅਦ ਕੈਨੇਡਾ ਨਹੀਂ ਪਰਦੀ ਜੱਸੀ ਅਤੇ ਮਿੱਠੂ ਮਿੱਠੂ ਦੇ ਘਰ ਹੀ ਰਹਿਣਾ ਸ਼ੁਰੂ ਕਰ ਦਿੰਦੇ ਨੇ ਮਿੱਠੂ ਕਾਫੀ ਇੱਕ ਗਰੀਬੀ ਪਰਿਵਾਰ ਤੋਂ ਹੁੰਦਾ ਹੈ ਔਟੋ ਰਿਕਸ਼ਾ ਚਲਾਉਂਦਾ ਹੁੰਦਾ ਹੈ ਕਾਰਨ ਵੀ ਹੁੰਦਾ ਜਿਸ ਕਾਰਨ ਜੱਸੀ ਦੀ ਮਾਂ ਤੇ ਉਸ ਦਾ ਮਾਮਾ ਇਸ ਸ਼ਾਦੀ ਜਾਂ ਇਸ ਸੰਬੰਧ ਦੇ ਕਾਫੀ ਖਿਲਾਫ ਹੁੰਦੇ ਨੇ ਲੇਕਿਨ ਇਸ ਤੋਂ ਬਾਅਦ ਉਹ ਦਿਨ ਆਂਦਾ ਹੈ 8 ਜੂਨ ਸਾਲ 2000 ਜਿਸ ਦਿਨ ਕੀ ਮਲੇਰ ਕੋਟਲਾ ਤੋਂ ਜੱਸੀ ਤੇ ਮਿੱਠੂ ਜਦੋਂ ਵਾਪਸ ਆ ਰਹੇ ਹੁੰਦੇ ਨੇ ਸਕੂਟਰ ਮਿੱਠੂ ਚਲਾ ਰਿਹਾ ਹੁੰਦਾ ਜੱਸੀ ਉਸ ਦੇ ਪਿੱਛੇ ਬੈਠੀ ਹੁੰਦੀ ਹੈ ਸਿੱਖੇ ਜਣਾ ਪਿੰਡ ਹੁੰਦਾ ਮਲੇਰ ਕੋਟਲਾ ਤੋਂ ਥੋੜੀ ਜੀ ਦੂਰ ਉੱਥੇ ਇਹਨਾਂ ਨੂੰ ਕੁਝ ਲੋਕ ਘੇਰ ਲੈਂਦੇ ਨੇ ਇੱਕ ਡਰੇਨ ਦੇ ਕੋਲ ਉਸ ਦੇ ਕੋਲ ਇੱਕ ਪੁਲ ਹੁੰਦਾ ਜਿੱਥੇ ਕਿ ਸਿੱਖੇ ਪਿੰਡ ਦੇ ਵਿੱਚ ਇਹਨਾਂ ਨੂੰ ਘੇਰ ਕੇ ਇਹਨਾਂ ਉੱਤੇ ਹਮਲਾ ਕੀਤਾ ਜਾਂਦਾ ਹੈ ਇਹ ਦੱਸਿਆ ਜਾਂਦਾ ਇੱਕ Maruti ਕਾਰ ਹੁੰਦੀ ਹੈ ਸਫੇਦ ਰੰਗ ਦੀ ਜਿਸ ਵਿੱਚ ਕੀ तकरीबन 4 ਤੋਂ 5 ਹਮਲਾਵਰ ਜੋ ਕਿ ਹਾਕੀਆਂ ਤੇ ਕ੍ਰਿਕਟ ਬੈਟਸ ਦੇ ਨਾਲ ਉੱਥੇ ਆਏ ਹੁੰਦੇ ਨੇ ਉਹਨਾਂ ਵੱਲੋਂ ਮਾਰਕਟ ਕੀਤੀ ਜਾਂਦੀ ਹੈ ਪਹਿਲਾਂ ਤਾਂ ਮਿੱਠੂ ਨਾਲ ਕਾਫੀ ਮਾਰਕਟ ਕੀਤੀ ਜਾਂਦੀ ਹੈ ਉਸ ਨੂੰ ਕਾਫੀ ਸੱਟਾਂ ਮਾਰੀਆਂ ਜਾਂਦੀਆਂ ਨੇ ਜੱਸੀ ਨੂੰ ਕਿਡਨਾਪ ਕਰਕੇ ਇਹ ਲੋਕ ਉਸੇ ਕਾਰ ਦੇ ਵਿੱਚ ਲੈ ਜਾਂਦੇ ਨੇ ਮਿੱਠੂ ਕਿਸੇ ਤਰੀਕੇ ਨਾਲ ਉਸੇ ਆਪਣੇ ਸਕੂਟਰ ਤੇ ਆਪਣੇ ਕਾਰ ਪਹੁੰਚਦਾ ਜਿੱਥੇ ਕਿ ਆਪਣੇ ਚਾਚੇ ਸੁਖਦੇਵ ਸਿੰਘ ਨੂੰ ਉਹ ਪੂਰੀ ਹੱਡ ਬਿਤੀ ਦੱਸਦਾ ਜਿਸ ਤੋਂ ਬਾਅਦ ਕੀ ਮਿੱਠੂ ਨੂੰ ਹਸਪਤਾਲ ਭਰਤੀ ਕਰਾਇਆ ਜਾਂਦਾ ਹੈ ਤੇ ਪੁਲਿਸ ਦੇ ਵਿੱਚ ਸ਼ਿਕਾਇਤ ਦਰਜ ਕਰਾਈ ਜਾਂਦੀ ਹੈ ਕਿਉਂਕਿ ਮਿੱਠੂ ਤੇ ਜੱਸੀ ਹੁਣ ਇੱਕ પતિ ਪਤਨੀ ਹੁੰਦੇ ਨੇ ਸੋ ਮਿੱਠੂ ਦੇ ਉੱਤੇ ਇੱਕ ਹਮਲੇ ਦੀ ਸ਼ਿਕਾਇਤ ਅਤੇ ਜੱਸੀ ਨੂੰ ਅਗਵਾ ਕਰਨ ਦੀ ਐਫ ਆਈ ਆਰ ਜਿਹੜੀ ਹੈ ਉਹ ਰਾਤ ਦੇ ਇੱਕ ਤਕਰੀਬਨ ਪੌਣੇ 2 ਵਜੇ ਯਾਨੀ ਕਿ ਉਸ ਦਿਨ 9 ਜੂਨ 2000 ਤਾਰੀਖ ਚੜ੍ਹ ਚੁੱਕੀ ਹੁੰਦੀ ਹੈ ਉਸ ਵਕਤ ਦਰਜ ਕੀਤੀ ਜਾਂਦੀ ਹੈ ਸਵੇਰੇ 10 ਵਜੇ ਯਾਨੀ ਕਿ 9 ਜੂਨ ਸਾਲ 2000 10 ਵਜੇ ਇੱਕ ਹੋਰ ਜਿਹੜਾ ਪਿੰਡ ਹੁੰਦਾ ਹੈ ਬੁਲਾਰਾ ਉਥੇ ਇੱਕ ਡਰੇਨ ਦੇ ਕੋਲ ਇੱਕ ਮਹਿਲਾ ਨੌਜਵਾਨ ਮਹਿਲਾ ਜਿਸ ਦੀ ਉਮਰ 23-24 ਸਾਲ ਦੱਸੀ ਜਾਂਦੀ ਹੈ ਉਸ ਦੀ ਕਾਣ ਪਛਾਤੀ ਲਾਸ਼ ਦੀ ਜਾਣਕਾਰੀ ਬਹਾਦਰ ਸਿੰਘ ਨਾਂ ਦੇ ਇੱਕ ਸਥਾਨਕ ਵਸਨੀਕ ਵੱਲੋਂ ਪੁਲਿਸ ਨੂੰ ਦਿੱਤੀ ਜਾਂਦੀ ਹੈ ਬਾਅਦ ਦੇ ਵਿੱਚ ਇਸ ਲਾਸ਼ ਦੀ شناخت ਜਿਹੜੀ ਹੁੰਦੀ ਹੈ ਉਹ ਜਸਵਿੰਦਰ ਜੱਸੀ ਦੇ ਰੂਪ ਵਿੱਚ ਹੁੰਦੀ ਹੈ ਜਸਵਿੰਦਰ ਜੱਸੀ ਦਾ ਜਿਹੜਾ ਗਲਾ ਹੈ ਉਹ ਕੱਟਿਆ ਗਿਆ ਹੁੰਦਾ ਹੈ ਤਕਰੀਬਨ 7 ਇੰਚ ਤੱਕ ਇੱਕ ਤੇਜ਼ ਤਾਰ ਹਥਿਆਰ ਦੇ ਨਾਲ ਉਸ ਦੇ ਗਲੇ ਦੇ ਉੱਤੇ ਕੱਟ ਲਾਇਆ ਗਿਆ ਹੁੰਦਾ ਜੋ ਕਿ 2 ਇੰਚ ਗਹਿਰਾ ਹੁੰਦਾ ਹੈ ਸੋ ਕਾਫੀ ਬੇਦਰਦੀ ਦੇ ਨਾਲ ਉਸ ਦਾ ਮਰਡਰ ਕਰਤਾ ਗਿਆ ਹੁੰਦਾ ਜਿਸ ਤੋਂ ਬਾਅਦ ਕਿ ਇੱਕ ਹੋਰ ਐਫ ਆਈ ਆਰ ਜਿਹੜੀ ਹੈ ਇਸ ਕੇਸ ਦੇ ਵਿੱਚ ਦਰਜ ਕੀਤੀ ਜਾਂਦੀ ਹੈ ਜੱਸੀ ਦਾ ਕਤਲ ਇੱਕ ਔਨਰ ਕਿਲਿੰਗ ਦਾ ਕੇਸ ਹੁੰਦਾ ਤੇ ਉਸ ਦੀ ਮਾਂ ਤੇ ਉਸ ਦੇ ਮਾਮੇ ਨੇ ਹੀ ਕੈਨੇਡਾ ਤੋਂ ਬੈਠ ਕੇ ਪਾੜੇ ਦੇ ਜਿਹੜੇ ਕਿਲਰਸ ਹਰ ਕਿਤੇ ਗਏ ਹੁੰਦੇ ਨੇ ਹਮਲਾਵਰਾਂ ਵੱਲੋਂ ਉਸ ਦਾ ਕਤਲ ਕਰਾਤਾ ਹੁੰਦਾ ਸੁਖਵਿੰਦਰ ਮਿੱਠੂ ਦੀ ਸਟੇਟਮੈਂਟ ਉੱਤੇ ਸ਼ਿਕਾਇਤ ਦਰਜ ਕੀਤੀ ਜਾਂਦੀ ਹੈ ਕੇਸ ਰਜਿਸਟਰ ਕੀਤਾ ਜਾਂਦਾ ਹੈ ਸੰਗਰੂਰ ਪੁਲਿਸ ਇਸ ਕੇਸ ਨੂੰ ਕਾਫੀ ਹੀ ਗੰਬੀਰਤਾ ਦੇ ਨਾਲ ਲੈਂਦੀ ਹੈ ਤੇ ਇਸ ਕੇਸ ਦੀ ਇਨਵੈਸਟੀਗੇਸ਼ਨ ਨੂੰ ਹੀ ਕਾਫੀ ਫਾਸਟਾ ਕੀਤਾ ਜਾਂਦਾ ਹੈ ਕਿਉਂਕਿ ਇਹ ਕੇਸ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਇੱਕ ਬਹੁਤ ਵੱਡੀ ਚਰਚਾ ਦਾ ਕੇਂਦਰ ਹੁੰਦਾ ਹੈ ਇਸ ਹਨਰ ਕਿਲਿੰਗ ਦੇ ਖਿਲਾਫ ਹਰ ਥਾਂ ਤੇ ਕਾਫੀ ਜ਼ਿਆਦਾ ਗੁੱਸਾ ਵੀ ਉਸ ਵਕਤ ਦੇਖਿਆ ਗਿਆ ਲੇਕਿਨ ਆਉਣ ਵਾਲੇ ਸਾਲਾਂ ਦੇ ਵਿੱਚ ਲਗਾਤਾਰ ਇਸ ਕੇਸ ਨੂੰ ਕਾਫੀ ਜ਼ਿਆਦਾ ਪਬਲਿਸਿਟੀ ਵੀ ਮਿਲਦੀ ਰਹੀ ਲੇਕਿਨ ਆਉਣ ਵਾਲੇ 1.5 ਤੋਂ 2 ਮਹੀਨਿਆਂ ਦੇ ਵਿੱਚ ਹੀ ਸੰਗਰੂਰ ਪੁਲਿਸ ਨੇ ਕਾਫੀ ਹੱਦ ਤੱਕ ਇਸ ਕੇਸ ਨੂੰ ਕਰੈਕ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਮਿੱਠੂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂ ਧੜਪਕੜ ਇਸ ਕੇਸ ਦੇ ਵਿੱਚ ਬਹੁਤ ਹੀ ਤੇਜ਼ੀ ਦੇ ਨਾਲ ਕੀਤੀ ਜਾਂਦੀ ਹੈ 21 ਜੂਨ ਨੂੰ ਪਹਿਲੀ ਗ੍ਰਿਫਤਾਰੀ ਹੁੰਦੀ ਹੈ ਜਦੋਂ ਕਿ ਹਰਦੇਵ ਸਿੰਘ ਜੋ ਕਿ ਰਿਸ਼ਤੇ ਦੇ ਵਿੱਚ ਹੁੰਦਾ ਹੈ ਬਦੇਸ਼ਾ ਅਤੇ ਬਲਕੀਤ ਕੌਰ ਸਿੱਧੂ ਦੇ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ 22 ਜੂਨ ਨੂੰ ਅਗਲੇ ਦਿਨ ਦਰਸ਼ਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜੋ ਕਿ ਬੇਸਿਕਲੀ surjit singh ਬਦੇਸ਼ਾ ਦਾ ਕੁੜਮ ਹੁੰਦਾ ਹੈ ਇਸ ਦੀ ਬੇਟੀ surjit ਵਿਦੇਸ਼ੀ ਦੇ ਮੁੰਡੇ ਨਾਲ ਵਿਆਹੀ ਹੁੰਦੀ ਹੈ ਇਸ ਦੀ ਗ੍ਰਿਫਤਾਰੀ ਤੋਂ ਬਾਅਦ 28 ਜੂਨ ਨੂੰ ਜਾ ਕੇ ਗ੍ਰਿਫਤਾਰੀ ਹੁੰਦੀ ਹੈ ਇਸ ਕੇਸ ਦੇ ਵਿੱਚ ਅਨਲ ਕੁਮਾਰ ਦੀ ਅਨਲ ਕੁਮਾਰ ਬੇਸਿਕਲੀ ਉਹ ਕੰਟ੍ਰੈਕਟ ਕਿਲਰ ਹੁੰਦਾ ਹੈ ਜਿਸ ਨੇ ਕਿ ਇਸ ਹਤਿਆਕਾਂਡ ਨੂੰ ਅੰਜਾਮ ਦੇਣ ਦੇ ਵਿੱਚ ਮੁੱਖ ਭੂਮਿਕਾ ਅਦਾ ਕੀਤੀ ਹੁੰਦੀ ਹੈ ਇਸ ਤੋਂ ਬਾਅਦ 30 ਜੂਨ ਨੂੰ ਦੋ ਦਿਨ ਬਾਅਦ ਹੀ ਅਸ਼wini ਕੁਮਾਰ ਜੋ ਕਿ ਦੂਸਰਾ ਹਾਇਰਡ ਕਿਲਰ ਹੁੰਦਾ ਹੈ ਜਿਸ ਨੇ ਕਿ ਮੋਸਟ ਪ੍ਰੋਬੇਬਲੀ ਉਸ ਕਰਪਾਨ ਦੇ ਨਾਲ ਜਿਹੜਾ ਜੱਸੀ ਦਾ ਗਲਾ ਉਸ ਨੂੰ ਵੱਢਿਆ ਹੁੰਦਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਦੇ ਨਾਲ ਹੀ ਤਕਰੀਬਨ 5 ਹੋਰ ਲੋਕਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਸੋ 9 ਲੋਕ ਹੁੰਦੇ ਨੇ ਇਸ ਕੇਸ ਦੇ ਵਿੱਚ ਜੋ ਕਿ 30 ਜੂਨ ਤੱਕ ਗ੍ਰਿਫਤਾਰ ਹੋ ਚੁੱਕੇ ਹੁੰਦੇ ਨੇ ਅਲੱਗ-ਅਲੱਗ ਭੂਮਿਕਾਾਂ ਮੈਂਾਂ ਦੀਆਂ ਹੁੰਦੀਆਂ ਨੇ ਇਸ ਤੋਂ ਬਾਅਦ ਇੱਕ ਦੋ ਹੋਰ ਗ੍ਰਿਫਤਾਰੀਆਂ ਹੁੰਦੀਆਂ ਨੇ ਕੁੱਲ ਮਿਲਾ ਕੇ ਇਸ ਕੇਸ ਦੇ ਵਿੱਚ 11 ਲੋਕਾਂ ਦੀ ਗ੍ਰਿਫਤਾਰੀ ਸਥਾਨਕ ਪੱਤਰ ਉੱਤੇ ਜਦੋਂ ਪੁਲਿਸ ਵੱਲੋਂ ਕੇਸ ਬਣਾਇਆ ਜਾਂਦਾ ਹੈ ਕੀਤੀ ਜਾਂਦੀ ਹੈ ਤੇ ਦੋ ਲੋਕ ਭਗੋੜੇ ਇਸ ਵਿੱਚ ਹੁੰਦੇ ਨੇ ਜੋ ਕਿ ਮਲਕੀਤ ਕੌਰ ਸਿੱਧੂ ਜੱਸੀ ਦੀ ਮਾਂ ਅਤੇ ਉਸ ਦਾ ਮਾਮਾ surjit singh ਬਰਦੇਸ਼ਾ ਹੁੰਦੇ ਨੇ ਸੋ ਇਹ ਦੋਵੇਂ ਕੈਨੇਡਾ ਹੁੰਦੇ ਨੇ ਤੇ ਇਹਨਾਂ ਨੂੰ ਕੈਨੇਡਾ ਤੋਂ ਭਾਰਤ ਰਿਪੋਰਟ ਕਰਾਉਂਦੀਆਂ ਐਕਸਟਰੈਡਿਟ ਕਰਾਉਂਦੀਆਂ ਪ੍ਰੋਸੀਡਿੰਗਸ ਸ਼ੁਰੂ ਕਰਤੀਆਂ ਗਈਆਂ ਹੁੰਦੀਆਂ ਨੇ ਕਿਉਂਕਿ ਆਊਟ ਐਂਡ ਆਊਟ ਇੱਕ ਸੁਪਾਰੀ ਕਿਲਿੰਗ ਦਾ ਕੇਸ ਹੁੰਦਾ ਹੈ ਹਾਨਰ ਕਿਲਿੰਗ ਦਾ ਕੇਸ ਹੁੰਦਾ ਹੈ ਇਸ ਤੋਂ ਬਾਅਦ ਅਦਾਲਤਾਂ ਦੇ ਵਿੱਚ ਜਦੋਂ ਚਲਾਨ ਤੇ ਚਾਰ ਸ਼ੀਟ ਫਾਈਲ ਪੁਲਿਸ ਕਰਦੀ ਹੈ ਉਸ ਵਕਤ ਸਾਰੀ ਦੀ ਸਾਰੀ ਕਹਾਣੀ ਪੁਲਿਸ ਦੱਸਦੀ ਹੈ ਵੀ ਕਿਸ ਤਰੀਕੇ ਨਾਲ ਇਹ ਲੋਕਾਂ ਵੱਲੋਂ ਉਸ ਮਰਡਰ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਵੱਲੋਂ ਇਸ ਕੇਸ ਦੇ ਵਿੱਚ ਕੀਤੀ ਗਈ ਤਫਤੀਸ਼ ਜੋ ਕਿ ਬਾਅਦ ਦੇ ਵਿੱਚ ਚਾਰ ਸ਼ੀਟਾਂ ਦੀ ਸ਼ਕਲ ਦੇ ਵਿੱਚ ਅਦਾਲਤਾਂ ਦੇ ਵਿੱਚ ਧਾਰ ਕੀਤੀਆਂ ਗਈਆਂ ਉਹਨਾਂ ਦੇ ਵਿੱਚ ਇਸ ਕਤਲकांड ਦੀ ਪੂਰੀ ਦੀ ਪੂਰੀ ਗੁੱਥੀ ਨੂੰ ਪੁਲਿਸ ਨੇ ਕੁਝ ਹਫ਼ਤਿਆਂ ਦੇ ਵਿੱਚ ਸੁਲਝਾਉਣ ਦਾ ਦਾਅਵਾ ਵੀ ਕੀਤਾ ਜਿਸ ਤਹਿਤ ਕੀ ਦੱਸਿਆ ਇਹ ਗਿਆ ਕਿ ਇਸ ਕਤਲकांड ਦੀ ਸਾਜ਼ਿਸ਼ ਕਈ ਮਹੀਨੇ ਪਹਿਲਾਂ ਸ਼ੁਰੂ ਹੋ ਚੁੱਕੀ ਸੀ ਸ਼ੁਰੂਆਤੀ ਸਟੇਜ ਦੇ ਵਿੱਚ ਪਹਿਲਾਂ ਸੁਖਵਿੰਦਰ ਮਿੱਠੂ ਉੱਤੇ ਇੱਕ ਜਾਲਨੇਵਾ ਹਮਲਾ ਹੋਣਾ ਸੀ ਜੋ ਕਿ ਕਿਸੇ ਕਾਰਨ ਤੋਂ ਨਹੀਂ ਹੋ ਪਾਇਆ ਲੇਕਿਨ ਬਾਅਦ ਦੇ ਵਿੱਚ ਪਰਿਵਾਰ ਵੱਲੋਂ ਫੈਸਲਾ ਇਹੀ ਲਿਆ ਗਿਆ ਕਿ ਇਸ ਕੇਸ ਦੇ ਵਿੱਚ ਦੋਵਾਂ ਨੂੰ ਹੀ ਮਾਰ ਮੁਕਾਇਆ ਜਾਏ ਯਾਨੀ ਕਿ ਦੋਨਾਂ ਉੱਤੇ ਹੀ ਜਾਲਨੇਵਾ ਹਮਲਾ ਕੀਤਾ ਜਾਏ ਇਹ ਵੀ ਦੱਸਿਆ ਗਿਆ ਵੀ ਜਸਵਿੰਦਰ ਜੱਸੀ ਦੀ ਮੌਤ ਤੋਂ ਪਹਿਲਾਂ ਫੋਨ ਦੇ ਉੱਤੇ ਆਪਣੀ ਮਾਂ ਦੇ ਨਾਲ ਵੀ ਜਿਹੜੀ ਗੱਲ ਸੀ ਇਹਨਾਂ ਹਾਇਰਡ ਕਿਲਰਸ ਵੱਲੋਂ ਕਰਵਾਈ ਗਈ ਲਗਾਤਾਰ ਕੈਨੇਡਾ ਦੇ ਇੱਕ ਲੈਂਡਲਾਈਨ ਨੰਬਰ ਜੋ ਕਿ ਸੁਰਜੀਤ ਬਦੇਸ਼ਾ ਦਾ ਲੈਂਡਲਾਈਨ ਨੰਬਰ ਸੀ ਉੱਥੋਂ ਇਹਨਾਂ ਤਮਾਮ ਕਿਲਰਸ ਜਿਸ ਵਿੱਚ ਕੀ ਅਨਿਲ ਅਸ਼ਵਨੀ ਤੇ ਇਹਨਾਂ ਦੇ ਨਾਲ ਦੇ ਕੁਝ ਹੋਰ ਕੋ-ਅਕਿਊਜ਼ ਸ਼ਾਮਲ ਸਨ ਇੱਕ ਜੋਗਿੰਦਰ ਸਿੰਘ ਨਾ ਦਾ ਪੰਜਾਬ ਪੁਲਿਸ ਦਾ ਹੀ ਥਾਣੇਦਾਰ ਜੋ ਕਿ ਦੱਸਿਆ ਜਾਂਦਾ ਕਿ ਸੀਆਈਏ ਜਗਰਾਉਂ ਦੇ ਵਿੱਚ ਵੀ ਰਿਹਾ ਉਸ ਦੀ ਵੀ ਬਹੁਤ ਮਹੱਤਵਪੂਰਨ ਭੂਮਿਕਾ ਸੀ ਬਾਅਦ ਤੱਕ ਅਦਾਲਤ ਨੇ ਉਸ ਨੂੰ ਵੀ ਇਸ ਕੇਸ ਦੇ ਵਿੱਚ ਦੋਸ਼ੀ ਵੀ ਮੰਨਿਆ ਸੋ ਜੋਗਿੰਦਰ ਸਿੰਘ ਅਨਿਲ ਅਤੇ ਅਸ਼ਵਨੀ ਕੁਮਾਰ ਅਨਿਲ ਅਤੇ ਅਸ਼ਵਨੀ ਕੁਮਾਰ ਉਹ ਹਾਇਰਡ ਅਸੈਸਿਨ ਸੀ ਯਾਨੀ ਕਿ ਉਹ ਹਾਇਰਡ ਕਿਲਰ ਸੁਪਾਰੀ ਕਿਲਰ ਜਿਨ੍ਹਾਂ ਨੇ ਕਿ ਇਸ ਹੱਤਿਆ ਨੂੰ ਅੰਜਾਮ ਦਿੱਤਾ ਜੋਗਿੰਦਰ ਸਿੰਘ ਦੇ ਜ਼ਰੀਏ ਪੈਸਾ ਇਨ੍ਹਾਂ ਕਿਲਰਸ ਨੂੰ ਕੈਨੇਡਾ ਤੋਂ ਮੁਹੱਈਆ ਕਰਾਇਆ ਗਿਆ ਯਾਨੀ ਕਿ ਪਹਿਲੀ ਪੇਮੈਂਟ ਜੋਗਿੰਦਰ ਸਿੰਘ ਨੂੰ ਹੁੰਦੀ ਹੈ ਉਹ ਫਿਰ ਇਸ ਸੁਪਾਰੀ ਦਾ ਜਿਹੜਾ ਪੈਸਾ ਹੈ ਇਨ੍ਹਾਂ ਖਤਿਆਰਾਂ ਨੂੰ ਦੰਦਾ ਹੈ ਜਿਸ ਤੋਂ ਬਾਅਦ ਕਿ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਜੱਸੀ ਜਿਹੜੀ ਹੈ ਉਸ ਨੂੰ ਆਪਣੀ ਮਾਂ ਦੇ ਨਾਲ ਇੱਕ ਗੱਲ ਕਰਨ ਦਾ ਮੌਕਾ ਵੀ ਉਸੇ ਰਾਤ ਦੁਆਇਆ ਗਿਆ ਇਹ ਸਾਰੀ ਸਾਰੀ ਗੱਲਾਂ ਮਾਤਾ ਪੁਲਿਸ ਤਫਤੀਸ਼ ਵਿੱਚ ਆਈਆਂ ਅਨਿਲ ਕੁਮਾਰ ਅਤੇ ਅਸ਼ਮਨੀ ਜੋ ਕਿ ਮੇਨ ਕਿਲਰ ਸਨ ਜੋ ਕਿ ਮੁੱਖ ਹਤਿਆਰੇ ਸਨ ਹਾਇਰਡ ਹਤਿਆਰੇ ਸਨ ਉਹਨਾਂ ਤੋਂ ਕੋਲੋਂ ਬਹੁਤ ਅਹਿਮ ਰਿਕਵਰੀਆਂ ਹੋਈਆਂ ਅਨਿਲ ਕੁਮਾਰ ਕੋਲੋਂ ਉਹ ਸਫੇਦ ਰੰਗ ਦੀ ਮਾਰੂਤੀ ਕਾਰ ਤੇ ਉਸ ਕਾਰ ਦੀ ਪਿਛਲੀ ਸੀਟ ਜੋ ਕਿ ਖੂਨ ਦੇ ਨਾਲ ਲਥਪਥ ਸੀ ਉਸ ਨੂੰ ਪੁਲਿਸ ਨੇ ਬਤੌਰ ਸਬੂਤ ਅਦਾਲਤ ਵਿੱਚ ਪੇਸ਼ ਕੀਤਾ ਇਸਦੇ ਨਾਲ ਹੀ ਅਸ਼ਵਨੀ ਕੁਮਾਰ ਤੇ ਉਸ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਉਹ ਜਿਹੜੀ ਕਿਰਪਾਨ ਸੀ ਜਿਸ ਦੇ ਨਾਲ ਕੀ ਜਸਸੀ ਦਾ ਗਲਾ ਵਡਿਆ ਗਿਆ ਸੀ ਉਸ ਦੇ ਨਾਲ ਹੀ ਜਸਸੀ ਦੀ ਇੱਕ ਪਰਿਵਾਰਿਕ ਤਸਵੀਰ ਜਿਸ ਦੇ ਜਿਸ ਦੇ ਪਿੱਛੇ ਜਸਵਿੰਦਰ ਜਸਸੀ ਦਾ ਨਾਂ ਲਿਖਿਆ ਹੋਇਆ ਸੀ ਤੇ ਉਸ ਦੀ ਹੋਰ ਸ਼ਨਾਖ ਲਿਖੀ ਹੋਈ ਸੀ ਕਿ ਇਸ ਕ ਤਰੀਕੇ ਦੇ ਕੱਪੜੇ ਵਗੈਰਾ ਪਾੰਦੀ ਹੈ ਉਹ ਤਸਵੀਰ ਤੇ ਉਹ ਜਿਹੜੀ ਕਿਰਪਾਨ ਹੈ ਬੁਲਾਰਾ ਫਾਰਮ ਜੋ ਕਿ ਬੇਸਿਕਲੀ ਦੱਸਿਆ ਜਾਂਦਾ ਕਿ ਅਨਲ ਕੁਮਾਰ ਦਾ ਫਾਰਮ ਸੀ ਉਥੋਂ ਰਿਕਵਰ ਕੀਤੀਆਂ ਗਈਆਂ ਸੋ ਇਹ ਜਿਹੜੀਆਂ ਰਿਕਵਰੀਆਂ ਕਾਫੀ ਅਹਿਮ ਸਬੂਤ ਸਨ ਉਸ ਕਾਰ ਦੀ ਰਿਕਵਰੀ ਕਾਰ ਦੇ ਪਿੱਛੇ ਉਹ ਸੀਟ ਜੋ ਕਿ ਖੂਨ ਨਾਲ ਭਿੱਜੀ ਹੋਈ ਸੀ ਉਸ ਤੋਂ ਇਲਾਵਾ ਇੱਕ ਰਪਾਨ ਤੇ ਇਹ ਤਸਵੀਰ ਜਿੱਦੇ ਪਿੱਛੇ ਜਿਹੜੀ ਹੈਂਡ ਰਾਈਟਿੰਗ ਸੀ ਉਹ ਵੀ ਇਹਨਾਂ ਹਾਇਰਡ ਅਸੈਸਸਸ ਦੇ ਵਿੱਚੋਂ ਹੀ ਕਿਸੇ ਦੀ ਸੀ ਬਾਅਦ ਦੇ ਵਿੱਚ ਆਈਡੈਂਟੀਫਿਕੇਸ਼ਨ ਪ੍ਰੇਡ ਲਈ ਅਨਿਲ ਕੁਮਾਰ ਤੇ ਅਸ਼wini ਕੁਮਾਰ ਦੋਵਾਂ ਨੇ ਮਨਾਂ ਕਰਤਾ ਜਦੋਂ ਪੁਲਿਸ ਨੇ ਹੈਂਡ ਰਾਈਟਿੰਗ ਸੈਂਪਲਸ ਲਈ ਅਪਲਾਈ ਕੀਤਾ ਅਸ਼wini ਕੁਮਾਰ ਵੱਲੋਂ ਹੈਂਡ ਰਾਈਟਿੰਗ ਸੈਂਪਲ ਵੀ ਨਹੀਂ ਦਿੱਤੇ ਗਏ ਇਸ ਦਾ ਮਤਲਬ ਸੀ ਵੀ ਅਦਾਲਤ ਨੇ ਇਹਨਾਂ ਦੀ ਇਸ ਅਨਵੈਸਟੀਗੇਸ਼ਨ ਦੇ ਵਿੱਚ ਕੋਆਪਰੇਸ਼ਨ ਨਾ ਕਰਨ ਦਾ ਇੱਕ ਐਡਵਰਸ ਇਨਫਰੈਂਸ ਲੈਣਾ ਸੀ ਇਸ ਕੇਸ ਦੇ ਵਿੱਚ ਗ੍ਰਿਫਤਾਰ 11 ਲੋਕਾਂ ਦੇ ਖਿਲਾਫ ਜਿੰਨਾ ਵੀ ਐਵਿਡੈਂਸੀ ਉਹ ਕਾਫੀ ਕੋਰੋਬੋਰੇਟ ਸੀ ਜਿਹੜੇ ਪ੍ਰਮੁੱਖ ਲੋਕ ਇਸ ਕੇਸ ਦੇ ਵਿੱਚ ਗ੍ਰਿਫਤਾਰ ਹੋਏ ਸਨ ਉਹਨਾਂ ਵਿੱਚ ਹਰਦੇਵ ਸਿੰਘ ਅਤੇ ਦਰਸ਼ਨ ਸਿੰਘ ਪ੍ਰਮੁੱਖ ਸਨ ਜੋ ਕਿ ਬੇਸਿਕਲੀ ਰਿਸ਼ਤੇਦਾਰੀ ਦੇ ਵਿੱਚੋਂ ਸਨ ਇਸ ਕੰਟਰੈਕਟ ਕਿਲਿੰਗ ਨੂੰ ਅੰਜਾਮ ਦਵਾਉਣ ਦੇ ਵਿੱਚ ਇਹਨਾਂ ਨੇ ਇੱਕ ਕੜੀ ਦਾ ਕੰਮ ਕੀਤਾ ਸੀ ਉਸ ਤੋਂ ਇਲਾਵਾ ਅਨਿਲ ਕੁਮਾਰ ਤੇ ਅਸ਼ਵਨੀ ਕੁਮਾਰ ਉਹ ਮੇਨ ਕੰਟਰੈਕਟ ਹਾਇਰਡ ਕਿਲਰ ਸਨ ਜਿਨ੍ਹਾਂ ਨੇ ਇਸ ਸੱਤਿਆ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜੋਗਿੰਦਰ ਸਿੰਘ ਉਹ ਥਾਣੇਦਾਰ ਸੀ ਉਹ ਪੁਲਿਸ ਦਾ ਮੁਲਾਜ਼ਮ ਸੀ ਜੋ ਕਿ ਉਸ ਵਕ ਸਰਵਿਸ ਤੇ ਵਿੱਚ ਸੀ ਇਸ ਨੂੰ ਵੀ ਜੁਲਾਈ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਜੁਲਾਈ 2000 ਦੇ ਵਿੱਚ ਲੇਕਿਨ ਇਹਨੂੰ ਬਾਅਦ ਚ ਬੇਲ ਤੇ ਛੱਡਤਾ ਗਿਆ ਜਨਵਰੀ 2001 ਦੇ ਵਿੱਚ ਇਸ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਇਹ ਵੀ ਇਸ ਪੂਰੇ ਦੇ ਪੂਰੇ ਹਤਿਆਕਾਂਡ ਜਾਂ ਸੁਪਾਰੀ ਕਿਲਿੰਗ ਦੇਸ ਕੇਸ ਦੀ ਔਨਰ ਕਿਲਿੰਗ ਦੇਸ ਕੇਸ ਦੀ ਮੇਨ ਕੜੀ ਸੀ ਇਸ ਤੋਂ ਇਲਾਵਾ ਪੁਲਿਸ ਵੱਲੋਂ ਜਿੰਨੇ ਵੀ ਲੋਕ ਗ੍ਰਿਫਤਾਰ ਕੀਤੇ ਗਏ ਉਹਨਾਂ ਵਿੱਚੋਂ ਗੁਰਵਿੰਦਰ ਸਿੰਘ ਉਰਫ ਗਿੰਦਰ ਇੱਕ ਟੋਨੀ ਨਾਂ ਦਾ ਸ਼ਖਸ ਸੀ ਕਮਲਜੀਤ ਗੁਰਸੇਵਕ ਸਿੰਘ ਰਵਿੰਦਰ ਸਿੰਘ ਤੇ ਇੱਕ ਹੋਰ ਸ਼ਖਸ ਸੀ ਟੋਟਲ 11 ਲੋਕਾਂ ਨੂੰ ਪੁਲਿਸ ਨੇ ਇਸ ਕੇਸ ਦੇ ਵਿੱਚ ਮਲਜ਼ਮ ਬਣਾਇਆ ਇਹ ਮੁਕੱਦਮਾ ਤਕਰੀਬਨ 5 5 ਸਾਲ ਜਿਹੜਾ ਸੀ ਸਥਾਨਕ ਅਦਾਲਤ ਦੇ ਵਿੱਚ ਟ੍ਰਾਇਲ ਕੋਰਟ ਦੇ ਵਿੱਚ ਚੱਲਿਆ ਜਿਸ ਤੋਂ ਬਾਅਦ ਕੀ 2005 ਦੇ ਵਿੱਚ ਹੇਠਲੀ ਅਦਾਲਤ ਯਾਨੀ ਕਿ ਟ੍ਰਾਇਲ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਜਿਸ ਵਿੱਚ ਕੀ 4 ਲੋਕਾਂ ਨੂੰ ਛੱਡਤਾ ਗਿਆ ਲੇਕਿਨ ਜਿਹੜੇ ਪ੍ਰਮੁੱਖ ਦੋਸ਼ੀ ਮੰਨੇ ਗਏ ਅਦਾਲਤ ਵੱਲੋਂ ਉਸ ਦੇ ਵਿੱਚ ਦਰਸ਼ਨ ਸਿੰਘ ਹਰਦੇਵ ਸਿੰਘ ਅਨਿਲ ਕੁਮਾਰ ਅਸ਼ਵਨੀ ਕੁਮਾਰ ਜੋਗਿੰਦਰ ਸਿੰਘ ਪ੍ਰਮੁੱਖ ਸਨ ਇਹ ਸਭ ਨੂੰ ਦੋਸ਼ੀ ਮੰਨਦਿਆਂ ਹੋਇਆ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁناਈ ਸੀ ਕੁਝ ਨੂੰ 10-10 ਸਾਲ ਦੀ ਰਿਗਰੈਸ ਇੰਪ੍ਰਿਜ਼ਨਮੈਂਟ ਦੀ ਸਜ਼ਾ ਸੁناਈ ਗਈ ਸੀ ਜੋ ਕਿ ਸਾਜ਼ਿਸ਼ ਦੇ ਵਿੱਚ ਸ਼ਾਮਲ ਸਨ ਲੇਕਿਨ ਇਸ ਫੈਸਲੇ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਸੱਤ ਜਿਹੜੇ ਮੁਲਜ਼ਮ ਸਨ ਜਿਨ੍ਹਾਂ ਨੂੰ ਕਿ ਅਦਾਲਤ ਵੱਲੋਂ ਰੀਲੀਫ ਨਹੀਂ ਦਿੱਤੀ ਗਈ ਸੀ ਚਾਰ ਮੁਲਜ਼ਮਾਂ ਨੂੰ ਹੇਠਲੀ ਅਦਾਲਤ ਨਹੀਂ ਇਸ ਕੇਸ ਦੇ ਵਿੱਚ ਬਰੀ ਕਰਤਾ ਸੀ ਸੋ ਉਹਨਾਂ ਵੱਲੋਂ ਅਦਾਲਤ ਦਾ ਰੁਕ ਕੀਤਾ ਗਿਆ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਤਿੰਨ ਹੋਰ ਲੋਕਾਂ ਨੂੰ ਇਸ ਕੇਸ ਦੇ ਵਿੱਚ ਰਾਹਤ ਦਿੱਤੀ ਜਿਸ ਵਿੱਚ ਕੀ ਹਰਦੇਵ ਸਿੰਘ ਗਿੰਦਰ ਅਤੇ ਟੋਨੀ ਸ਼ਾਮਲ ਸਨ ਹਾਈ ਕੋਰਟ ਵੱਲੋਂ ਰਿਲੀਫ ਮਿਲਣ ਤੋਂ ਬਾਅਦ ਤਕਰੀਬਨ ਇਸ ਕੇਸ ਦੇ ਵਿੱਚ ਨਾਮਜ਼ਦ ਕੀਤੇ ਗਏ 11 ਵਿੱਚੋਂ 7 ਮੁਲਜ਼ਮ ਬਰੀ ਹੋ ਚੁੱਕੇ ਸਨ ਲੇਕਿਨ ਚਾਰ ਮੁਲਜ਼ਮ ਜਿਨ੍ਹਾਂ ਵਿੱਚ ਅਸ਼ਵਨੀ ਕੁਮਾਰ ਅਨਿਲ ਕੁਮਾਰ ਅ ਦਰਸ਼ਨ ਸਿੰਘ ਅਤੇ ਜੋਗਿੰਦਰ ਸਿੰਘ ਮੁੱਖ ਸਨ ਉਹਨਾਂ ਵੱਲੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ 2005 ਤੋਂ ਲੈ ਕੇ ਇਹ ਕੇਸ ਜਿਹੜਾ ਸੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿੱਚ ਹੁੰਦਾ ਹੋਇਆ 2017 ਤੱਕ ਚੱਲਿਆ ਇਸ ਦੌਰਾਨ ਮਲਕੀਤ ਕੌਰ ਸਿੱਧੂ ਜਸਦੀ ਦੀ ਮਾਂ ਅਤੇ ਸੁਰਜੀਤ ਵਿਦੇਸ਼ਾਂ ਨੂੰ ਬਾਹਰ ਤੋਂ ਐਕਸਟਰੈਡਿਟ ਕਰਵਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਪੰਜਾਬ ਸਰਕਾਰ ਪੰਜਾਬ ਪੁਲਿਸ ਜਾਂ ਫਿਰ ਭਾਰਤ ਸਰਕਾਰ ਵੱਲੋਂ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵੱਲੋਂ ਲਗਾਤਾਰ ਜਾਰੀ ਰਹੀਆਂ ਲੇਕਿਨ ਇਸ ਵਿੱਚ ਵੀ ਕੋਈ ਖਾਸ ਕਾਮਯਾਬੀ ਹਾਸਲ ਨਹੀਂ ਹੋ ਰਹੀ ਸੀ ਔਨਰ ਕਿਲਿੰਗ ਦੇ ਇਸ ਕੇਸ ਦੇ ਵਿੱਚ ਕੈਨੇਡਾ ਤੇ ਕੈਨੇਡਾ ਦੀ ਅਥਾਰਟੀਜ਼ ਤੋਂ ਮਲਕੀਤ ਕੌਰ ਅਤੇ ਸੁਰਜੀਤ ਸਿੰਘ ਵਿਦੇਸ਼ਾਂ ਦੀ ਕਸਟਡੀ ਤੇ ਉਹਨਾਂ ਦੀ ਐਕਸਟਰੈਡੀਸ਼ਨ ਹਾਸਲ ਕਰਨਾ ਇੱਕ ਬਹੁਤ ਹੀ ਔਖਾ ਕੰਮ ਸੀ ਕੈਨੇਡਾ ਸਰਕਾਰ ਵੱਲੋਂ ਸ਼ੁਰੂਆਤੀ ਸਟੇਜ ਦੇ ਵਿੱਚ ਇਸ ਦੇ ਵਿੱਚ ਕਾਪਰੇਸ਼ਨ ਦਿੱਤੀ ਗਈ ਸ਼ੁਰੂਆਤੀ ਸਟੇਜ ਦੇ ਵਿੱਚ ਭਾਰਤ ਦੇ ਵਿੱਚ ਜੋ ਨਿਆਬ ਵਿਵਸਥਾ ਹੈ ਜਿਸ ਤਰੀਕੇ ਨਾਲ ਅਦਾਲਤ ਤੇ ਜੇਲ੍ਹਾਂ ਦੇ ਵਿੱਚ ਇਹਨਾਂ ਲੋਕਾਂ ਵੱਲੋਂ ਜਾਂ ਇਹਨਾਂ ਮੁਲਜ਼ਮਾਂ ਵੱਲੋਂ ਉੱਥੇ ਲਗਾਤਾਰ ਰਿਪਰੈਜ਼ੈਂਟੇਸ਼ਨ ਦਿੱਤੀਆਂ ਗਈਆਂ ਕੈਨੇਡਾ ਦੀ ਸਰਕਾਰ ਨੂੰ ਇਹ ਦੱਸਿਆ ਗਿਆ ਵੀ ਭਾਰਤ ਦੇ ਵਿੱਚ ਕਸਟੋਡੀਅਲ ਟੌਰਚਰ ਹੁੰਦੇ ਨੇ ਜੇਲ੍ਹਾਂ ਦੀ ਹਾਲਤ ਅੱਛੀ ਨਹੀਂ ਹੈ ਉੱਥੇ ਮੈਡੀਕਲ ਸਹੂਲਤਾਂ ਉਪਲਬਧ ਨਹੀਂ ਨੇ ਇਹਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਕਈ ਸਾਲ ਤੱਕ ਤਕਰੀਬਨ 2019 ਤੱਕ ਇਹ ਦੋਵੇਂ ਮੁੱਖ ਮੁਲਜ਼ਮਾਂ ਯਾਨੀ ਕਿ ਇਸ ਪੂਰੀ ਦੀ ਪੂਰੀ ਸਾਜ਼ਿਸ਼ ਦੇ ਮੇਨ ਜਿਹੜੇ ਆਰਕੀਟੈਕਟਸ ਹਨ ਬਲਕੀਤ ਕੌਰ ਅਤੇ ਸੁਰਜੀਤ ਵਿਦੇਸ਼ਾ ਵੱਲੋਂ ਆਪਣੀ ਕਿਸੇ ਤਰੀਕੇ ਨਾਲ ਹੋਲਡ ਤੇ ਰਖਵਾਇਆ ਗਿਆ ਲੇਕਿਨ ਕੁਝ ਸਾਲ ਪਹਿਲਾਂ ਹੀ ਇਹਨਾਂ ਦੀ ਐਕਸਟਰਡੀਸ਼ਨ ਸੰਭਵ ਹੋ ਪਾਈ 2019 ਦੇ ਵਿੱਚ ਉਸ ਤੋਂ ਪਹਿਲਾਂ ਸੁਪਰੀਮ ਕੋਰਟ ਆਫ ਕੈਨੇਡਾ ਦੇ ਵਿੱਚ ਇੱਕ ਕੇਸ ਗਿਆ ਕਿਉਂਕਿ ਸਥਾਨਕ ਜਿਹੜੇ ਕੈਨੇਡਾ ਦੇ ਮਿਨਿਸਟਰ ਸਨ ਉਹਨਾਂ ਨੇ ਭਾਰਤ ਸਰਕਾਰ ਦੀ ਗੁਹਾਰ ਉਤੇ ਇਹ ਦੋਵਾਂ ਨੂੰ ਸਰੈਂਡਰ ਕਰਨ ਜਾਂ ਫਿਰ ਇਹਨਾਂ ਨੂੰ ਭਾਰਤ ਦੇ ਹਵਾਲੇ ਸੌਂਪਣ ਦਾ ਫੈਸਲਾ ਲੈ ਲਿਆ ਸੀ ਇਸ ਕਵਾਇਦ ਦੇ ਤਹਿਤ ਇੱਕ ਪੜਾ ਅਜੇਹਾ ਵੀ ਆਇਆ ਸੀ ਜਦੋਂ ਕਿ ਪੰਜਾਬ ਪੁਲਿਸ ਦੇ ਅਫਸਰ ਕੈਨੇਡਾ ਦੇ ਹਵਾਈ ਅੱਡੇ ਤੇ ਹਵਾਈ ਜਹਾਜ਼ ਦੇ ਵਿੱਚ ਇੰਤਜ਼ਾਰ ਕਰਦੇ ਰਹੇ ਇਹਨਾਂ ਦਾ ਲੇਕਿਨ ਐਂਡ ਮੌਕੇ ਉਤੇ ਉਸ ਵਕਤ ਜਦੋਂ ਕਿ ਸਥਾਨਕ ਸਰਕਾਰ ਵੱਲੋਂ ਇਹ ਆਰਡਰ ਦਿੱਤੇ ਗਏ ਸਨ ਕੀ ਮਲਕੀਤ ਕੌਰ ਅਤੇ ਸੁਰਜੀਤ ਵਦੇਸ਼ਾ ਨੂੰ ਵਾਪਸ ਭਾਰਤ ਤੇਜਤਾ ਜਾਏ ਆਖਰੀ ਮੌਕੇ ਤੇ ਵਕੀਲਾਂ ਨੂੰ ਵਿਚ ਪਾ ਕੇ ਇਹ ਦੋਵੇਂ ਮੁੱਖ ਮਲਜ਼ਮ ਕੈਨੇਡਾ ਦੀ ਸਰਕਾਰ ਨੂੰ ਇਸ ਚੀਜ਼ ਨੂੰ ਕਨਵਿੰਸ ਕਰਾਣ ਲਈ ਕਾਮਯਾਬ ਹੋ ਗਏ ਕਿ ਇੱਕ ਵਾਰ ਇਹਨਾਂ ਦੇ ਕੇਸ ਉੱਤੇ ਮੁੜ ਵਿਚਾਰ ਕਰ ਲਿਆ ਜਾਏ ਅਖੀਰ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਆਫ ਕੈਨੇਡਾ ਦੇ ਵਿੱਚ ਕੇਸ ਗਿਆ ਜਿਸ ਤੋਂ ਬਾਅਦ ਕਿ ਸੁਪਰੀਮ ਕੋਰਟ ਦੇ ਇੱਕ ਜੱਜਾਂ ਦੇ ਪੈਨਲ ਨੇ ਜਦੋਂ ਪੂਰੇ ਦੇ ਪੂਰੇ ਇਲਜ਼ਾਮਾਂ ਨੂੰ ਪੂਰੇ ਦੇ ਪੂਰੀ ਸੀਰੀਜ਼ ਆਫ ਇਵੈਂਟ ਜਾਂ ਚੇਨ ਆਫ ਇਵੈਂਟਸ ਨੂੰ ਐਗਜ਼ਾਮੀਨੇਸ਼ਨ ਕੀਤਾ ਅੰਡਰਸਟੈਂਡ ਕੀਤਾ ਉਸ ਵਕਤ ਤੱਕ 2017 ਦੇ ਵਿੱਚ ਸੁਪਰੀਮ ਕੋਰਟ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ ਵੀ ਫੈਸਲਾ ਆ ਚੁੱਕਾ ਸੀ ਕਿਉਂਕਿ ਇਹ ਸਪਸ਼ਟ ਹੋ ਚੁੱਕਾ ਸੀ ਵੀ ਇਸ ਕੇਸ ਦੇ ਵਿੱਚ 11 ਨਾਮਜ਼ਦ ਲੋਕਾਂ ਵਿੱਚੋਂ 7 ਬਰੀ ਹੋ ਚੁੱਕੇ ਨੇ ਤੇ 4 ਜਿਹੜੇ ਹੋਰ ਲੋਕ ਨੇ ਉਹਨਾਂ ਦਾ ਕੇਸ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੀ ਅਪੀਲਾਂ ਹਜੇ ਪੈਂਡਿੰਗ ਸਨ ਲੇਕਿਨ ਭਾਰਤ ਦੇ ਵੀ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਜਿਸ ਤਹਿਤ ਕਿ ਉਹਨਾਂ ਨੇ ਸਿਰਫ ਦਰਸ਼ਨ ਸਿੰਘ ਨੂੰ ਰਿਲੀਫ ਦਿੱਤਾ ਯਾਨੀ ਕਿ ਸੁਰਜੀਤ ਸਿੰਘ ਦਾ ਜਿਹੜਾ ਕੁੜਮ ਸੀ ਉਸ ਨੂੰ ਰਿਲੀਫ ਦਿੱਤਾ ਗਿਆ ਕਿਉਂਕਿ ਉਹ ਵੀ ਇੱਕ ਬੈਨੀਫਿਟ ਆਫ ਡਾਊਟ ਸੀ ਇਹ ਸਮਝਾ ਗਿਆ ਕਿ ਸੁਰਜੀਤ ਸਿੰਘ ਦੇ ਫੋਨ ਤੋਂ ਉਹ ਵੀ ਇੱਕ ਲੈਂਡਲਾਈਨ ਨੰਬਰ ਤੋਂ ਲਗਾਤਾਰ ਇਹਨਾਂ ਹਾਇਰਡ ਜਿਹੜੇ ਅਸੈਸ਼ਨਸ ਹਨ ਕੇਲਰਸਨ ਇਹਨਾਂ ਨੂੰ ਫੋਨ ਦੇ ਉੱਤੇ ਨਿਰਦੇਸ਼ ਦਿੱਤੇ ਜਾ ਰਹੇ ਸਨ ਸੋ ਇਸ ਦੇ ਵਿੱਚ ਦਰਸ਼ਨ ਸਿੰਘ ਨੂੰ ਕਿੰਨਾ ਕੁ ਪਾਰਟੀ ਬਣਾਇਆ ਜਾ ਸਕਦਾ ਹੈ ਦਰਸ਼ਨ ਸਿੰਘ ਇੱਕ ਰਿਸ਼ਤੇਦਾਰੀ ਦੇ ਵਿੱਚੋਂ surjit singh ਵਿਦੇਸ਼ਾ ਦੀ ਸੀ ਸੋ ਉਸ ਨੂੰ ਕੀ ਆਪਾਂ ਉਹਨਾਂ ਜ਼ਿੰਮੇਵਾਰ ਮੰਨ ਸਕਦੇ ਹਾਂ ਉਸ ਨੂੰ ਬੈਨੀਫਿਟ ਆਫ ਡਾਊਟ ਸੁਪਰੀਮ ਕੋਰਟ ਨੇ ਦਿੱਤਾ ਸੁਪਰੀਮ ਕੋਰਟ ਦੇ ਫੈਸਲੇ ਦੇ ਵਿੱਚ ਅਨਿਲ ਕੁਮਾਰ ਅਸ਼ਵਨੀ ਕੁਮਾਰ ਅਤੇ jogender singh ਜੋ ਕਿ ਥਾਣੇਦਾਰ ਸੀ ਇਹ ਤਿੰਨਾਂ ਨੂੰ ਦੋਸ਼ੀ ਮੰਨਿਆ ਗਿਆ ਜਗਿੰਦਰ ਸਿੰਘ ਜਿਸ ਨੇ ਕੀ ਸੁਪਾਰੀ ਦਾ ਪੈਸਾ ਯਾਨੀ ਕਿ ਕੰਟਰੈਕਟ ਕਿਲਿੰਗ ਲਈ ਉਹ ਜਿਹੜਾ ਪੈਸਾ ਸੀ ਲੱਖਾਂ ਰੁਪਏ ਦੀ ਸੁਪਾਰੀ ਸੀ ਉਸ ਨੂੰ ਸਰਜੀਤ ਸਿੰਘ ਬਦੇਸ਼ਾ ਤੋਂ ਲੈ ਕੇ ਇਹਨਾਂ ਹਾਇਰਡ ਕਿਲਰਸ ਨੂੰ ਦਿੱਤਾ ਸੀ ਉਸ ਦੀ ਜਿਹੜੀ ਭੂਮਿਕਾ ਸ਼ਮੂਲੀਅਤ ਸੀ ਉਸ ਨੂੰ ਪ੍ਰਾਈਮ ਫਿਸਾਈ ਕੋਰਟ ਨੇ ਪੁਖਤਾ ਪਾਇਆ ਸੋ ਤਿੰਨ ਲੋਕਾਂ ਨੂੰ ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਇਹਨਾਂ ਦੀਆਂ ਸਜ਼ਾਵਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਨੂੰ ਬਹਾਲ ਰੱਖਿਆ ਕਿਉਂਕਿ ਇਹਨਾਂ ਨੂੰ ਹੇਟਲੀ ਟ੍ਰਾਇਲ ਕੋਰਟ ਨੇ ਸੁਣਾਈ ਸੀ ਹਾਈ ਕੋਰਟ ਨੇ ਉਸ ਉੱਤੇ ਮੋਰ ਲਾਈ ਸੀ ਅੱਠ ਜਿਹੜੇ ਮੁਲਜ਼ਮ ਸਨ ਇਸ ਕੇਸ ਦੇ ਵਿੱਚ ਜੋ ਕਿ ਸੰਗਰੂਰ ਪੁਲਿਸ ਵੱਲੋਂ ਇਸ ਕਾਂਸਪੀਰੇਸੀ ਦਾ ਹਿੱਸਾ ਬਣਾਏ ਗਏ ਸਨ ਜਿਨ੍ਹਾਂ ਨੇ ਕਿਸੇ ਨਾ ਕਿਸੇ ਸਟੇਜ ਦੇ ਉੱਤੇ ਇਸ ਪੂਰੇ ਦੇ ਪੂਰੇ ਵਾਰਦਾਤ ਦੇ ਵਿੱਚ ਆਪਣੀ ਇਨਵੋਲਵਮੈਂਟ ਉਹਨਾਂ ਦੀ ਰਹੀ ਸੀ ਉਹਨਾਂ ਨੂੰ ਅਦਾਲਤਾਂ ਨੇ ਛੱਡਤਾ ਸੋ ਜਦੋਂ ਸੁਪਰੀਮ ਕੋਰਟ ਭਾਰਤ ਦੇ ਵਿੱਚ ਇਹ ਫੈਸਲਾ ਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਹ ਕਲੀਅਰ ਹੋ ਜਾਂਦਾ ਹੈ ਕਿ ਇਹ ਕਾਂਸਪੀਰੇਸੀ ਸੀ ਤੇ ਇਸ ਦੇ ਤਹਿਤ ਭਾਰਤ ਦੀ ਸਰਵੋਤਮ ਜਿਹੜੀ ਅਦਾਲਤ ਹੈ ਉਸ ਨੇ ਵੀ ਸਜ਼ਾਵਾਂ ਸੁਣਾਤੀਆਂ ਨੇ ਉਸ ਤੋਂ ਬਾਅਦ ਕੈਨੇਡਾ ਦੀ ਸੁਪਰੀਮ ਕੋਰਟ ਨੇ ਇਹ ਆਰਡਰ ਪਾਸ ਕੀਤਾ ਜਿਸ ਤੋਂ ਬਾਅਦ ਕਿ ਸੁਰਜੀਤ ਬਦੇਸ਼ਾ ਅਤੇ ਉਸ ਦੀ ਪੈਣ ਮਲਕੀਤ ਕੌਰ ਸਿੱਧੂ ਯਾਨੀ ਕਿ ਜਸਸੀ ਦੀ ਮਾਂ ਤੇ ਉਸ ਦੇ ਮਾਮੇ ਨੂੰ ਭਾਰਤ ਐਕਸਟਰੈਡਿਟ ਕੀਤਾ ਗਿਆ 2019 ਦੇ ਵਿੱਚ ਬਹੁਤ ਚਰਚਾਵਾਂ ਹੋਈਆਂ ਸਨ ਜਦੋਂ ਇਹ ਦੋਵਾਂ ਨੂੰ ਭਾਰਤ ਲੈ ਕੇ ਆਇਆ ਗਿਆ ਸੀ ਬਹੁਤ ਲੰਬੀ ਚੌੜੀ ਮੀਡੀਆ ਕਵਰੇਜ ਸੀ ਇਸ ਕੇਸ ਨੂੰ ਵੀ ਕਿੰਨਾਂ ਸਾਲਾਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਆਨਰ ਕਿਲਿੰਗ ਦਾ ਇੱਕ ਟੈਸਟ ਕੇਸ ਮੰਨਿਆ ਗਿਆ ਤੇ ਉਸ ਟੈਸਟ ਕੇਸ ਦੇ ਤਹਿਤ ਵੱਖ-ਵੱਖ ਲੈਵਲ ਦੇ ਉੱਤੇ ਇਸ ਨੂੰ ਕਵਰੇਜ ਵੀ ਦਿੱਤੀ ਗਈ ਹੈ ਲੇਕਿਨ ਬੀਤੇ ਤਕਰੀਬਨ 2 ਸਾਲਾਂ ਤੋਂ ਇਹ ਜਰਾ ਟ੍ਰਾਇਲ ਹੈ ਅਦਾਲਤ ਦੇ ਵਿੱਚ ਚੱਲਦਾ ਪਿਆ ਹੈ ਤੇ ਇਸ ਟ੍ਰਾਇਲ ਦੇ ਵਿੱਚ ਰੀਸੈਂਟਲੀ ਨਵੰਬਰ ਦੇ ਮਹੀਨੇ ਵਿੱਚ ਦੱਸਿਆ ਜਾਂਦਾ ਹੈ ਕਿ ਸੁਖਵਿੰਦਰ ਸਿੰਘ ਮਿੱਠੂ ਦੀ ਦੁਬਾਰਾ ਜਿਹੜੀ ਗਵਾਹੀਆਂ ਸਨ ਜਾਂ ਉਸ ਦਾ ਕਰਾਸ ਐਗਜ਼ਾਮੀਨੇਸ਼ਨ ਸੀ ਯਾਨੀ ਕਿ ਡਿਫੈਂਸ ਬਚਾ ਪੱਖ ਵੱਲੋਂ ਉਸ ਦਾ ਕਰਾਸ ਐਗਜ਼ਾਮੀਨੇਸ਼ਨ ਖਤਮ ਕੀਤਾ ਗਿਆ ਇੱਥੇ ਸੁਖਵਿੰਦਰ ਮਿੱਠੂ ਦਾ ਜ਼ਿਕਰ ਕਰਨਾ ਵੀ ਕਾਫੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸੁਖਵਿੰਦਰ ਮਿੱਠੂ ਦੀ ਪਤਨੀ ਨੂੰ ਮਾਰਤਾ ਗਿਆ ਸੀ ਉਸ ਉੱਤੇ ਜਾਣਲੇਵਾ ਹਮਲਾ ਕੀਤਾ ਗਿਆ ਸੀ ਉਸ ਤੋਂ ਬਾਅਦ ਦੇ ਕਈ ਸਾਲ ਉਸਦੇ ਲਈ ਚੁਣੌਤੀ ਸਿਰਫ ਇਹ ਹੀ ਨਹੀਂ ਰਹੀ ਕਿਉਂਕਿ ਪੁਲਿਸ ਨੇ ਆਪਣਾ ਕੰਮ ਚੰਗੇ ਤਰੀਕੇ ਨਾਲ ਕੀਤਾ ਸਾਰੇ ਦੇ ਸਾਰੇ ਅਕਿਊਜ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਲੇਕਿਨ ਦਬਾਅ ਜਿਹੜਾ ਸੀ ਮਿੱਠੂ ਤੇ ਲਗਾਤਾਰ ਰਿਹਾ 2008 ਦੇ ਆਸ-ਪਾਸ ਸ ਜਾਂ ਉਸ ਤੋਂ ਕੁਝ ਸਾਲ ਪਹਿਲਾਂ ਮਿੱਠੂ ਦੇ ਖਿਲਾਫ ਇੱਕ ਰੇਪ ਦਾ ਜਿਹੜਾ ਹੈ ਕੇਸ ਦਰਜ ਕਰਤਾ ਗਿਆ ਸੀਗਾ ਇੱਕ ਮਹਿਲਾ ਸੀ ਇਕਬਾਲ ਕੌਰ ਦੀ ਜਿਸ ਵੱਲੋਂ ਬਲਤਕਾਰ ਕਰਨ ਦੇ ਇਲਜ਼ਾਮ ਮਿੱਠੂ ਤੇ ਲਾਏ ਗਏ ਸਨ ਕਿਹਾ ਗਿਆ ਸੀ ਉਸ ਦੇ ਘਰ ਜਬਰਨ ਕੰਦ ਟੱਪ ਕੇ ਮਿੱਠੂ ਆ ਗਿਆ ਤੇ ਉਸ ਨੇ ਉਸ ਮਹਿਲਾ ਦਾ ਬਲਤਕਾਰ ਕਰਤਾ ਲੇਕਿਨ ਬਾਅਦ ਵਿੱਚ ਇਹ ਪਤਾ ਲੱਗਾ ਕਿ ਉਸ ਨੂੰ ਵੀ ਸਥਾਨਕ ਜਿਹੜੀ ਲੋਕਲ ਲੈਵਲ ਦੀ ਪੁਲਿਸ ਸੀ ਉਸ ਦੇ ਕੁਝ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਤੇ ਇਹ ਕੁਝ ਜਿਹੜੇ ਰਿਸ਼ਤੇਦਾਰ ਸਨ ਜੱਸੀ ਦੇ ਜਾਂ ਫਿਰ ਸੁਰਜੀਤ ਬਦੇਸ਼ਾ ਦੇ ਇੱਥੇ ਬੈਠੇ ਸਨ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਹੀ ਮਿੱਠੂ ਨੂੰ ਇੰਪਲੀਕੇਟ ਕਰਨ ਲਈ ਪੈਸਾ ਦੇ ਕੇ ਉਸ ਉੱਤੇ ਦਬਾਅ ਪਾ ਕੇ ਇਹ ਕੇਸ ਦਰਜ ਕਰਾਇਆ ਗਿਆ ਸੀ 2008 ਦੇ ਵਿੱਚ ਫਿਰ ਇਕਬਾਲ ਖੌਰ ਨੇ ਆਪਣਾ ਜਿਹੜਾ ਹਲਫਨਾਮਾ ਜਾਂ ਜਿਹੜੀ ਆਪਣੀ ਗਵਾਹੀ ਸੀ ਉਹ ਮੈਜਿਸਟ੍ਰੇਟ ਦੇ ਸਾਹਮਣੇ ਦਰਜ ਕਰਾਏ ਤੇ ਉਸ ਦੇ ਵਿੱਚ ਉਸਨੇ ਇਹ ਸਾਫ਼ ਕੀਤਾ ਕਿ ਮਿੱਠੂ ਨੇ ਕਦੇ ਵੀ ਉਸ ਦੇ ਨਾਲ ਕੋਈ ਬਲਤਕਾਰ ਨਹੀਂ ਕੀਤਾ ਸੀ ਜਿਹੜੀ ਵੀ ਗੱਲਾਂ ਬਾਤਾਂ ਉਸ ਵੱਲੋਂ ਕਹਾਣੀ ਜਿਹੜੀ ਬਣਾਈ ਗਈ ਸੀ ਉਹ ਕੁਝ ਪੁਲਿਸ ਅਫਸਰਾਂ ਦੀ ਇਨਵੋਲਵਮੈਂਟ ਤੇ ਇਹ ਜਿਹੜੇ ਵਿਦੇਸ਼ਾਂ ਦੇ ਪਰਿਵਾਰ ਸੀ ਜਾਂ ਮਲਕੀਤ ਕੌਰ ਦੇ ਰਿਸ਼ਤੇਦਾਰ ਸਨ ਹਰਦੇਵ ਅਤੇ ਦਰਸ਼ਨ ਇਹਨਾਂ ਦੀ ਮਦਦ ਦੇ ਨਾਲ ਹੀ ਇਹ ਸਭ ਕੁਝ ਸੰਭਵ ਹੋ ਪਾਇਆ ਸੀ ਸੋ ਉਸ ਤੋਂ ਬਾਅਦ 2008 ਦੇ ਵਿੱਚ ਉਹ ਵਾਲਾ ਪਰਚਾ ਇਹ ਦੂਸਰਾ ਪਰਚਾ ਸੀ ਜੋ ਕਿ ਮਿੱਠੂ ਦੇ ਖਿਲਾਫ ਝੂਠਾ ਬਣਾਇਆ ਗਿਆ ਸੀ ਉਸ ਦੇ ਵਿੱਚ ਉਹ ਬਰੀ ਹੁੰਦਾ ਹੈ ਲੇਕਿਨ ਅੱਜ ਦੀ ਸਥਿਤੀ ਇਹ ਹੈ ਕਿ ਸੁਖਵਿੰਦਰ ਮਿੱਠੂ ਦੇ ਖਿਲਾਫ ਅੱਜ ਵੀ ਇੱਕ ਨਾਰਕੋਟਿਕਸ ਦਾ ਐਨਡੀਪੀਐਸ ਐਕਟ ਤਹਿਤ ਇੱਕ ਬਹੁਤ ਹੀ ਗੰਭੀਰ ਮੁਕੱਦਮਾ ਹੈ ਉਹ ਚੱਲਦਾ ਪਿਆ ਹੈ ਜਿਸ ਤਹਿਤ ਕਿ ਸੁਖਵਿੰਦਰ ਮਿੱਠੂ ਇਸ ਵਕਤ ਜੇਲ੍ਹ ਦੇ ਵਿੱਚ ਹੈ ਨਵੰਬਰ 2021 ਯਾਨੀ ਕਿ ਤਕਰੀਬਨ 1.5 ਮਹੀਨਾ ਪਹਿਲਾਂ ਜਦੋਂ ਇਸ ਕੇਸ ਦੇ ਵਿੱਚ ਉਸ ਦਾ ਕਰਾਸ ਐਗਜ਼ਾਮੀਨੇਸ਼ਨ ਹੋਇਆ ਮਿੱਠੂ ਨੂੰ ਪੁਲਿਸ ਦੀ ਕਸਟਡੀ ਦੇ ਵਿੱਚੋਂ ਜੇਲ੍ਹ ਦੇ ਵਿੱਚੋਂ ਅਦਾਲਤ ਦੇ ਵਿੱਚ ਇਸ ਕਰਾਸ ਐਗਜ਼ਾਮੀਨੇਸ਼ਨ ਲਈ ਬੁਲਾਇਆ ਗਿਆ ਜਿਸ ਤੋਂ ਬਾਅਦ ਕਿ ਉਸ ਦਾ ਕਰਾਸ ਐਗਜ਼ਾਮੀਨੇਸ਼ਨ ਕਈ ਤਰੀਕਿਆਂ ਦੇ ਵਿੱਚ ਮੁਕੰਮਲ ਹੋ ਪਾਇਆ ਤੇ ਦੂਜੇ ਪਾਸੇ ਸੁਖਵਿੰਦਰ ਮਿੱਠੂ ਦੀ ਜ਼ਿੰਦਗੀ ਦੇਖ ਲਈ ਜਾਏ ਉਹ ਵੀ ਕਾਫੀ ਅਫਸੈਟ ਜਹੀ ਜ਼ਿੰਦਗੀ ਰਹੀ ਹੈ ਵੀਤੇ ਤਕਰੀਬਨ ਕਈ ਦਹਾਕਿਆਂ ਦੇ ਵਿੱਚ ਉਸ ਨੇ ਕਈ ਝੂਠੇ ਸੱਚੇ ਮੁਕੱਦਮਿਆਂ ਦਾ ਸਾਹਮਣਾ ਕੀਤਾ ਤੇ ਅੱਜ ਵੀ ਉਹ ਇੱਕ ਅੰਡਰ ਟ੍ਰਾਇਲ ਹੈ ਤੇ ਡਰੱਗਸ ਦੀ ਤਸਕਰੀ ਦੇ ਕੇਸ ਦੇ ਵਿੱਚ ਇਸ ਵਕਤ ਜੇਲ੍ਹ ਦੇ ਵਿੱਚ ਹੈ ਸੋ ਇਹ ਸੀ ਜੱਸੀ ਅਤੇ ਮਿੱਠੂ ਦੀ ਉਸ ਪ੍ਰੇਮ ਕਹਾਣੀ ਜਿਸ ਦਾ ਕਿ ਇੱਕ ਬਹੁਤ ਹੀ ਖੂਨੀ ਅੰਤ ਸੀ ਜੱਸੀ ਦੀ ਜ਼ਿੰਦਗੀ ਕਿਸ ਤਰੀਕੇ ਨਾਲ ਉਸ ਦੀ ਮਾਂ ਨੇ ਤੇ ਉਸ ਦੇ ਮਾਮੇ ਨੇ ਮਿਲ ਕੇ ਬਰਬਾਦ ਕਰਤੀ ਜਿਹੜੇ ਵੀ ਲੋਕਾਂ ਨੂੰ ਇਸ ਪੂਰੀ ਸਾਜ਼ਿਸ਼ ਦੇ ਤਹਿਤ ਉਹਨਾਂ ਵੱਲੋਂ ਇਨਵੋਲ ਕੀਤਾ ਗਿਆ ਉਹਨਾਂ ਵਿੱਚੋਂ ਬਥੇਰੇ ਬੈਨੀਫਿਟ ਆਫ ਡਾਊਟ ਪਾ ਕੇ ਬਚ ਨਿਕਲੇ ਲੇਕਿਨ ਲੈ ਦੇ ਕੇ ਇਸ ਕੇਸ ਦੇ ਜਿਹੜੇ ਮੇਨ ਆਰਕੀਟੈਕਟ ਮੇਨ ਮਾਸਟਰ ਮਾਈਂਡ ਨੇ ਉਹ ਸੁਰਜੀਤ ਸਿੰਘ ਬਦੇਸ਼ਾ ਅਤੇ ਮਲਕੀਤ ਸਿੱਧੂ ਨੇ ਜੋ ਕਿ ਇਸ ਵਕਤ ਭਾਰਤ ਦੇ ਵਿੱਚ ਨੇ ਕੋਵਿਡ ਦੇ ਤਹਿਤ ਜਦੋਂ ਕੈਦੀਆਂ ਨੂੰ ਇੱਕ ਰਿਲੀਫ ਦਿੱਤਾ ਗਿਆ ਸੀ ਪੈਰੋਲ ਦਿੱਤੀ ਗਈ ਸੀ ਉਸ ਵਕਤ ਦੱਸਿਆ ਜਾਂਦਾ ਕਿ ਮਲਕੀਤ ਕੌਰ ਸਿੱਧੂ ਨੂੰ ਵੀ ਛਡਤਾ ਗਿਆ ਸੀ ਤੇ ਉਹ ਵੀ ਆਪਣੇ ਘਰ ਵਿੱਚ ਗਈ ਸੀ ਇਹ ਟ੍ਰਾਇਲ ਅਜੇ ਜਾਲੀ ਜਾਰੀ ਹੈ ਤੇ ਮਲਕੀਤ ਕੌਰ ਸਿੱਧੂ ਅਤੇ ਸੁਰਜੀਤ ਬਦੇਸ਼ਾ ਦੇ ਨਾਲ ਅਦਾਲਤਾਂ ਕੀ ਇਨਸਾਫ ਕਰਦਿਆ ਨੇ ਤੇ ਜੱਸੀ ਦੇ ਨਾਲ ਕੀ ਇਨਸਾਫ ਕਰਦਿਆ ਨੇ ਇਹ ਵੇਖਣਾ ਬਾਕੀ ਹੋਏਗਾ ਕਿਉਂਕਿ ਹਜੇ ਟ੍ਰਾਇਲ ਦੀ ਸਟੇਜ ਹੈ ਇਹ ਲੋਕਾਂ ਨੇ ਬਹੁਤ ਚਲਾਕੀ ਦੇ ਨਾਲ 20 ਸਾਲ ਕੈਨੇਡਾ ਦੇ ਵਿੱਚ ਹੀ ਲੰਘਾਤੇ ਉਸ ਤੋਂ ਬਾਅਦ ਇਹ ਭਾਰਤ ਪਰਤੇ ਨੇ 2 ਸਾਲ ਇੱਥੇ ਹਲੇ ਮੁਕਦਮੇਬਾਜ਼ੀ ਤੇ ਟ੍ਰਾਇਲ ਅਜੇ ਚੱਲਾ ਹੈ ਬਾਅਦ ਵਿੱਚ ਇਸੇ ਕੇਸ ਨੇ ਹਜੇ ਹਾਈ ਕੋਰਟ ਤੇ ਸੁਪਰੀਮ ਕੋਰਟ ਵੀ ਜਾਣਾ ਹੈ ਕਿਉਂਕਿ ਐਨਏਟੀ ਇਹ ਲੋਕ ਹੈਗੇ ਨੇ ਭੈਣ ਭਰਾ ਹੈਗੇ ਨੇ ਵੀ ਇਹਨਾਂ ਨੇ ਹਾਈ ਕੋਰਟ ਤੇ ਸੁਪਰੀਮ ਕੋਰਟ ਜਾਏ ਬਗੈਰ ਮੰਨਣਾ ਨਹੀਂ ਹੈ ਸੋ ਆਣਾਲੇ ਕਈ ਸਾਲ ਤੱਕ ਮੰਨ ਲੱਗਦਾ ਹੈ ਮੁਕਦਮੇਬਾਜ਼ੀ ਚੱਲੇਗੀ ਲੇਕਿਨ ਆਨਰ ਕਿਲਿੰਗ ਦਾ ਆਪਣੇ ਮੰਨ ਲਈ ਆਪਣੀ ਤੀ ਦੇ ਕਤਲ ਕੀਤੇ ਜਾਣ ਦੇ ਪੰਜਾਬ ਦੇ ਹੋਰ ਬਹੁਤ ਸਾਰੇ ਕੇਸਿਸ ਬੀਤੇ ਕਈ ਦਹਾਕਿਆਂ ਵਿੱਚ ਸਾਹਮਣੇ ਆਏ ਨੇ ਤੋਂ ਇਸ ਵੀਡੀਓ ਨੂੰ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਯਾ ਸਾਰੇ ਹੀ ਵੀਅਰਸ ਨੂੰ ਬੇਨਤੀ ਇਹੀ ਹੈ ਕਿ ਅਸਵੈ ਮੰਨ ਲਈ ਜਿਸ ਤਰੀਕੇ ਨਾਲ ਆਨਰ ਕਿਲਿੰਗਸ ਪੰਜਾਬ ਦੇ ਵਿੱਚ ਹੁੰਦੀਆਂ ਰਹੀਆਂ ਨੇ ਇਹ ਸਿਲਸਿਲੇ ਨੂੰ ਬੰਦ ਹੋਣਾ ਪੈਣਾ ਹੈ ਇਸ ਪ੍ਰਥਾ ਨੂੰ ਕਿਤੇ ਵੀ ਸਪੋਰਟ ਕਰਨ ਦੀ ਲੋੜ ਨਹੀਂ ਹੈ ਮੈਂ ਪੀਤੀ ਇੱਕ ਰਿਪੋਰਟ ਬਣਾਈ ਸੀ ਜਿਸ ਵਿੱਚ ਕੀ ਬੀਬੀ ਜਾਗੀਰ ਕੌਰ ਦੇ ਕੇਸ ਦੇ ਸੰਦਰਭ ਵਿੱਚ ਗੱਲ ਹੋਈ ਸੀ ਹਾਲਾਂਕਿ ਉਸ ਕੇਸ ਦੇ ਵਿੱਚ ਬੀਬੀ ਜਾਗੀਰ ਕੌਰ ਤਾਂ ਅਦਾਲਤ ਵੱਲੋਂ નિર્ਦੋਸ਼ ਕਰਾਰ ਦਿੱਤੇ ਗਏ ਲੇਕਿਨ ਮੈਂ ਥੱਲੇ ਕੁਝ ਕਮੈਂਟ ਪੜ੍ਹ ਰਹਾ ਸੀ ਜਿਸ ਵਿੱਚ ਕੀ ਲੋਕਾਂ ਨੇ ਬਹੁਤ ਹੀ ਭੱਦੇ ਤਰੀਕੇ ਨਾਲ ਲਿਖਿਆ ਸੀ ਵੀ ਫਿਰ ਤਾਂ ਜੇ ਅਜਿਹੀ ਗੱਲ ਸੀ ਮੁੰਡੇ ਕੁੜੀ ਦੇ ਨਾਲ ਆਪਸ ਦੇ ਵਿੱਚ ਪ੍ਰੇਮ ਸਬੰਧਾਂ ਦਾ ਮਾਮਲਾ ਸੀ ਤਾਂ ਫਿਰ ਤਾਂ ਠੀਕ ਕੀਤਾ ਗਿਆ ਸੋ ਮੈਨੂੰ ਲੱਗਦਾ ਵੀ ਇਹ ਇੱਕ ਬਹੁਤ ਹੀ ਆਪਾਂ ਕਹਿ ਸਕਦੇ ਆ ਵੀ ਇੱਕ ਮਾੜੀ ਸੋਚ ਹੈ ਇਸ ਤੋਂ ਬਚਨ ਦੀ ਲੋੜ ਹੈ ਆਪਾਂ ਨੂੰ ਇੱਕ ਸੱਭਿਅ ਸਮਾਜ ਹੋਣ ਦੇ ਨਾਤੇ ਇੱਕ ਫਾਰਵਰਡ ਲੁਕਿੰਗ ਸਮਾਜ ਹੋਣ ਦੇ ਨਾਤੇ ਅੱਜ ਜਦੋਂ ਕਿ ਪੂਰੀ ਦੁਨੀਆ ਇੱਕ ਗਲੋਬਲ ਵਿਲੇਜ ਹੈ ਦੁਨੀਆ ਦੇ ਵਿੱਚ ਕੋਈ ਉਸ ਤਰੀਕੇ ਦੇ ਮਤਭੇਦ ਨਹੀਂ ਬਚੇ ਹੈ ਜਾਤ ਬਿਰਾਦਰੀ ਧਰਮ ਇਕਨੋਮਿਕ ਕਲਾਸ ਇਹ ਸਾਰੀਆਂ ਚੀਜ਼ਾਂ ਬਹੁਤ ਸੈਕੰਡਰੀ ਰਹਿ ਚੁੱਕੀਆਂ ਨੇ ਅਸੀਂ ਆਪਣੇ ਭਲੇ ਦੀ ਗੱਲ ਕਰੀਏ ਆਪਣੇ ਬੱਚਿਆਂ ਦੇ ਭਲੇ ਦੀ ਗੱਲ ਕਰੀਏ ਤੇ ਜੇ ਕੋਈ ਵੀ ਅਜਿਹਾ ਆਪਣੇ ਘਰ ਵਿੱਚ ਬੇਟਾ ਬੇਟੀ ਤੀ ਪੈਣ ਜੇ ਕੋਈ ਵੀ ਕਿਸੇ ਇਸ ਤਰੀਕੇ ਦੀ ਸਥਿਤੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਤਾਂ ਉਸ ਚੀਜ਼ ਨੂੰ ਠੰਡੇ ਦਿਮਾਗ ਦੇ ਨਾਲ ਬੈਠ ਕੇ ਵਿਚਾਰ ਕਰਕੇ ਕੋਈ ਫੈਸਲਾ ਉਸਤੇ ਲਿਆ ਜਾਵੇ ਇਸ ਤਰੀਕੇ ਦੀ ਮਾਈਂਡਲੈਸ ਐਪਲੀਕੇਸ਼ਨ ਤੇ ਆਪਣੇ ਹੀ ਇੱਕ ਝੂਠਾ ਜਿਹੜਾ ਇੱਕ ਮਾਣ ਹੁੰਦਾ ਹੈ ਉਸ ਨੂੰ ਆਧਾਰ ਬਣਾ ਕੇ ਤੁਸੀਂ ਕੰਟਰੈਕਟ ਕਿਲਰਸ ਹਾਇਰ ਕਰੋ ਤੇ ਆਪਣੇ ਹੀ ਬੇਟੇ ਬੇਟੀਆਂ ਨੂੰ ਮਰਵਾ ਦਿਓ ਬੱਚਿਆਂ ਨੂੰ ਮਰਵਾ ਦਿਓ ਉਹਨਾਂ ਤੇ ਜਾਨਲੇਵਾ ਹਮਲੇ ਕਰਾ ਦਿਓ ਫਿਰ ਬਾਅਦ ਦੇ ਵਿੱਚ ਤੁਹਾਡਾ ਕੀ ਹੁੰਦਾ ਹੈ ਤੁਸੀਂ ਜੇਲਾਂ ਦੇ ਵਿੱਚ ਸੜਦੇ ਹੋ ਸਾਲਾਂ ਸਾਲਾਂ ਹਜੇ ਇਹਨਾਂ ਨੇ ਸੜਨਾ ਹੈ ਜਿਨ੍ਹਾਂ ਨੂੰ ਸਜ਼ਾਵਾ ਮਿਲ ਜਾਂਦੀਆਂ ਨੇ ਉਹ ਜਿਹੜੇ ਕੰਟਰੈਕਟ ਕਿਲਰ ਜਾਂ ਜਿਨ੍ਹਾਂ ਨੇ ਉਹ ਚੱਸੀ ਨੂੰ ਮਾਰਿਆ ਉਹ ਤਾਂ ਪਿੱਛੇ ਕਈ ਸਾਲਾਂ ਤੋਂ ਜੇਲਾਂ ਦੇ ਵਿੱਚ ਹੀ ਨੇ ਉਮਰ ਕੈਦ ਉਹਨਾਂ ਨੇ ਜੇਲਾਂ ਦੇ ਵਿੱਚ ਹੀ ਕੱਟਣੀ ਹੈ ਲੇਕਿਨ ਇਹ ਚੰਗੇ ਭਲੇ ਪਰਿਵਾਰ ਜੋ ਕਿ ਸੈਟਲ ਸਨ ਕੈਨੇਡਾ ਵਿੱਚ ਚੰਗੇ ਭਲੇ ਬੈਠੇ ਸਨ ਉਥੋਂ ਟੈਲੀਫੋਨਾਂ ਉੱਤੇ ਇਹਨਾਂ ਨੇ ਹਾਇਰਡ ਕਿਲਰਜ਼ ਹਾਇਰ ਕਰਕੇ ਆਪਣੀ ਬੇਟੀ ਨੂੰ ਹੀ ਮਰਵਾਤਾ ਤੇ ਹੁਣ ਖੁਦ ਵੀ ਜੇਲ੍ਹਾਂ ਦੇ ਵਿੱਚ ਬੈਠੇ ਨੇ ਸੋ ਬਹੁਤ ਕੁਝ ਸਮਝਣ ਤੇ ਸੋਚਣ ਨੂੰ ਹੈ ਸਬਕ ਲੈਣ ਨੂੰ ਹੈ ਲੇਕਿਨ ਵੇਖਿਆ ਵੀ ਵਿੱਚ ਦੋ ਦਹਾਕੇ ਵਿੱਚ ਐਡਾ ਵੱਡਾ ਹਾਈ ਪ੍ਰੋਫਾਈਲ ਮਾਮਲਾ ਰਿਹਾ ਹੈ ਲੇਕਿਨ ਇਸਤੀ ਐਡੀ ਵਾਈਡ ਪਬਲਿਸਿਟੀ ਦੇ ਬਾਵਜੂਦ ਵੀ ਲੋਕਾਂ ਨੂੰ ਅਕਲ ਹਜੇ ਤੱਕ ਨਹੀਂ ਆਈ ਹੈ ਸੋ ਆਸ ਕਰਦੇ ਕਿ ਬੈਟਰ ਸੈਂਸ ਸ਼ੁੱਡ ਪ੍ਰੇਵੈਲ ਐਂਡ ਇਹ ਜਿਹੜੀ ਆਨਰ ਕਿਲਿੰਗ ਦਾ ਖੇਡ ਹੈ ਖੂਨੀ ਖੇਡ ਹੈ ਇਹ ਬੰਦ ਹੋਵੇ ਅੱਜ ਵੀ ਕਦੇ-ਕਦੇ ਇੱਕ ਖਬਰਾਂ ਸੁਣਨ ਨੂੰ ਮਿਲਦੇ ਆ ਨੇ ਬਹੁਤ ਹੀ ਮਨ ਨੂੰ ਦੁੱਖ ਹੁੰਦਾ ਹੈ ਤਕਲੀਫ ਹੁੰਦੀ ਹੈ ਇਹ ਚੀਜ਼ ਰੁਕਣੀ ਚਾਹੀਦੀ ਹੈ ਸਮਾਜ ਦੇ ਵਿੱਚੋਂ ਇਹ ਜਿਹੜੀ ਕੁਰੀਤੀ ਹੈ ਇਸ ਦਾ ਖਤਮ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਐਸੇ ਨੋਟ ਦੇ ਉਤੇ ਇਸ ਰਿਪੋਰਟ ਨੂੰ ਦੰਦਾ ਵਿਰਾਮ ਬਹੁਤ-ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ ਰਿਤੇਸ਼ ਲੱਖੀ ਅਨਪਲੱਗ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਇਸ ਦੇ ਨਾਲ ਜੁੜੇ ਰਹੋ ਥੈਂਕ ਯੂ